ਤਾੜੀਓ ਸਦੀਕ ਸਾਹਿਬ ਵਾਸਤੇ ਬਹੁਤ ਅੱਛੇ ਇਨਸਾਨ ਨੇ, ਪਾਰਲੀਮੈਂਟ ਚ ਗਏ, ਤੁਸੀਂ ਇਹਨਾਂ ਨੂੰ ਨਵਾਜਿਆ। ਅੱਜ ਆਪਾਂ ਸਾਰੇ ਇੱਕ ਬਹੁਤ ਮਹੱਤਵਪੂਰਨ ਪਿੰਡ ਚ ਇਕੱਤਰ ਹੋਏ ਹਾਂ। ਤੁਹਾਡੇ ਨਗਰ ਤੋਂ ਜਥੇਦਾਰ ਸੇਵਾ ਸਿੰਘ ਜੀ ਠਿੱਕਰੀ ਵਾਲੇ, ਜਿਹੜੇ ਕਿ ਮਹਾਨ ਅਕਾਲੀ ਆਗੂ ਹੋਏ, ਪ੍ਰਜਾ ਮੰਡਲ ਮੂਵਮੈਂਟ ਦੇ ਬਾਨੀ ਹੋਏ, ਕੌਮੀ ਦਰਦ ਅਖਬਾਰ ਜਿਹੜੀ ਅੱਜ ਤੱਕ ਚੱਲਦੀ ਰਹੀ ਪਿੱਛੇ, ਉਹਦੇ ਉਹ ਬਾਨੀ ਹੋਏ, ਇੱਕ ਸ਼ਾਇਦ ਲੋਕ ਰਿਆਸਤੀ ਇਸ ਤਰ੍ਹਾਂ ਦੇ ਬਾਹਰ ਲਾਹੌਰ ਚੋਂ ਵੀ ਨਿਕਲਦੇ ਸੀ, ਉਹਦੇ ਵੀ ਬਾਨੀ ਰਹੇ। ਉਹਨਾਂ ਨੇ ਬੇਸਿਕਲੀ ਰਜਵਾੜਾ ਸ਼ਾਹੀ ਦੇ ਖਿਲਾਫ ਭਾਰਤ ਤੇ ਆਜ਼ਾਦੀ, ਜਿਹੜਾ ਰਜਵਾੜਾ ਸ਼ਾਹੀ ਤੰਤਰ ਉਸ ਵੇਲੇ ਚੱਲਦਾ ਸੀ ਪਟਿਆਲਾ ਸਾਮਰਾਜ ਦਾ, ਪਟਿਆਲਾ ਸਟੇਟ ਦਾ, ਉਹਦੇ ਖਿਲਾਫ ਬਹੁਤ ਹੋਕਾ ਦਿੱਤਾ, ਲੋਕਾਂ ਨੂੰ ਜਗਾਇਆ। ਆਪ ਚੰਗੇ ਘਰੋਂ ਪੈਦਾ ਸੀਗੇ, ਪੜ੍ਹੇ ਲਿਖੇ ਸੀਗੇ, ਅੰਗਰੇਜ਼ੀ ਬੋਲ ਲੈਂਦੇ ਸੀ, ਪਰ ਉਹਨਾਂ ਦਾ ਦਿਲ ਧੜਕਦਾ ਸੀ ਪੰਜਾਬ ਦੇ ਗਰੀਬ ਲੋਕਾਂ ਨਾਲ, ਗਰੀਬ ਤਬਕੇ ਨਾਲ। ਇਸ ਲਈ ਉਹਨਾਂ ਤੇ ਵੀ ਬੜਾ ਤਸ਼ੱਦਦ ਹੋਇਆ। ਉਹਨਾਂ ਨੂੰ ਇੱਕ ਵਾਰ ਤਾਂ ਗੜਵੀ ਚੋਰੀ ਦੇ ਕੇਸ ਵਿੱਚ ਜੇਲ੍ਹ ਵਿੱਚ ਭੇਜਿਆ, ਜਿੱਦਾਂ ਹੁਣ ਅੱਜ ਕੱਲ੍ਹ ਚੱਲਦਾ, ਆਪ ਭਗਵੰਤ ਹੁਣੀ ਵੀ ਇੱਦਾਂ ਕਰਦੇ ਆ ਝੂਠੇ ਕੇਸ। ਉਸ ਵਕਤ ਪਟਿਆਲਾ ਸਟੇਟ ਨੇ ਵੀ ਉਹਨਾਂ ਦੇ ਗੜਵੀ ਦਾ ਇੱਕ ਮਾਮਲਾ ਪਾਇਆ ਔਰ ਕਈ ਵਾਰ ਜੇਲ੍ਹ 'ਚ ਉਹਨਾਂ ਨੂੰ ਜ਼ਿਆਦਾ ਟਾਈਮ ਰੱਖਿਆ। ਆਹ ਪਿੱਛੇ ਜਦੋਂ ED ਨੇ ਮੈਨੂੰ ਗ੍ਰਿਫਤਾਰ ਕੀਤਾ ਸੀਗਾ 2021 ਨਵੰਬਰ ਡਿਸੰਬਰ 'ਚ, ਉਸ ਵਕਤ ਮੈਨੂੰ ਪਟਿਆਲੇ ਜੇਲ੍ਹ 'ਚ ਰੱਖਿਆ ਗਿਆ। ਲੇਕਿਨ ਉੱਥੇ ਸਪੈਸ਼ਲ ਹਾਦਸਾ ਸੀ, ਉਹਦਾ ਨਾਮ ਸੀ MP ਹਾਦਸਾ, ਉਹ ਜਗ੍ਹਾ ਦਾ ਜਿੱਥੇ ਮੈਨੂੰ ਰੱਖਿਆ ਸੀਗਾ। ਉਸ ਹਾਦਸੇ ਦੇ ਅੰਦਰ ਜਥੇਦਾਰ ਸੇਵਾ ਸਿੰਘ ਠੀਕਰੀਵਾਲ ਦਾ ਪੁੱਤ ਲੱਗਿਆ ਹੋਇਆ ਜੇਲ੍ਹ ਦੇ ਵਿੱਚ, ਤੇ ਇਸ ਕਰਕੇ ਮੈਂ ਤਾਂ ਉਹਨਾਂ ਦੇ ਜੇਲ੍ਹ 'ਚ ਰੋਜ਼ ਦਰਸ਼ਨ ਕਰਦਾ ਸੀ, ਸਵੇਰੇ ਉੱਠ ਕੇ ਜਦੋਂ ਉੱਠਣਾ ਉਹਨਾਂ ਵੱਲੋਂ ਪ੍ਰਣਾਮ ਕਰਨਾ, ਮਹਾਨ ਆਦਮੀ ਸੀ। ਤੁਸੀਂ ਸਾਰੇ ਮੇਰੇ ਵੀਰੋ ਭੈਣੋ ਜਾਣਦੇ ਕਿ ਮੈਂ ਇਸ ਪਿੰਡ ਵਿੱਚ ਪਹਿਲਾਂ ਵੀ ਉਹਨਾਂ ਦੀ ਬਰਸੀ ਦੇ ਸਮਾਗਮ ਤੇ ਵੀ ਆਇਆ ਹੋਇਆ। ਇਸ ਕਰਕੇ ਮੈਨੂੰ ਓਦਾਂ ਹੀ ਜਿਹੜੇ ਲੋਕ ਬਾਗੀ ਹੁੰਦੇ ਨੇ, ਜਿਹੜੇ ਸਿਸਟਮ ਦੇ ਖਿਲਾਫ ਬੋਲਣ ਦਾ ਮਾਦਾ ਰੱਖਦੇ ਨੇ, ਹਿੰਮਤ ਰੱਖਦੇ ਨੇ, ਮੈਂ ਵੈਸੇ ਹੀ ਉਹਨਾਂ ਨੂੰ ਸਲੂਟ ਕਰਦਾ, ਕਿਉਂਕਿ ਮੇਰਾ ਜਿਹੜਾ ਪਿਛੋਕੜ ਹੈ, ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ, ਉਹ ਵੀ ਅਕਾਲੀ ਆਗੂ ਸੀਗੇ। ਐਮਰਜੈਂਸੀ ਤੋਂ ਲੈ ਕੇ 80 ਦੇ ਦਹਾਕੇ ਵਿੱਚ ਏਦਾਂ ਹੀ ਪੰਜਾਬ ਦੇ ਵਿੱਚ ਬਹੁਤ ਗਦਰ ਮਚਿਆ, ਖਾੜਕੂ ਲਹਿਰ ਦੇ ਵਿੱਚ ਬਹੁਤ ਅਨਿਆਏ ਹੋਇਆ, ਬਹੁਤ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਤੇ ਸਰਕਾਰਾਂ ਨੇ, ਬਹੁਤ ਸਾਰੇ ਲੋਕਾਂ ਦੇ ਤਸ਼ੱਦਦ ਹੋਇਆ, ਬੇਗੁਨਾਹ ਲੋਕ ਵੀ ਮਾਰੇ ਗਏ। ਉਸ ਦੌਰਾਨ ਅਕਾਲੀਆਂ ਨੂੰ NSA ਲਾ ਕੇ ਦੂਰ ਦੁਰਾਡੇ ਜੇਲ੍ਹਾਂ ਵਿੱਚ ਲੈ ਜਾਂਦੇ ਸੀ, ਤੇ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਵਿੱਚੋਂ ਇੱਕ ਸੀਗੇ। ਉਹਨਾਂ ਨੂੰ ਇੱਕ ਵਾਰ ਅਗਰਤਲਾ ਦੀ ਜੇਲ੍ਹ ਤ੍ਰਿਪੁਰਾ ਵੈਸਟ ਬੰਗਾਲ ਉੱਥੇ ਰੱਖਿਆ ਗਿਆ 365 ਦਿਨ, ਇੱਕ ਵਾਰ ਉਹਨਾਂ ਨੂੰ ਹਜ਼ਾਰੀਬਾਗ ਬਿਹਾਰ ਦੇ ਵਿੱਚ ਰੱਖਿਆ ਗਿਆ। ਤਾਂ ਕਰਕੇ ਮੈਂ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਭਗਵੰਤ ਨੇ ਬੇਵਕੂਫੀ ਕੀਤੀ, ਮੋਦੀ ਸਾਹਿਬ ਦੀ ਸਰਕਾਰ ਦੇ ਕਹਿਣ ਤੇ NSA ਲਾਈ, ਮੈਂ ਉਹਦਾ ਵਿਰੋਧ ਕੀਤਾ ਵਾ, ਕਿਉਂਕਿ ਇਸ ਕਾਲੇ ਕਾਨੂੰਨ ਦਾ ਸੰਤਾਪ ਅਸੀਂ ਹੰਡਾਇਆ ਹੋਇਆ। ਇੱਕ ਵਾਰ ਅੱਖਾਂ ਬੰਦ ਕਰਕੇ ਸੋਚੋ, ਤੁਹਾਡੇ ਕਿਸੇ ਮੈਂਬਰ ਨੂੰ, ਬੱਚੇ ਨੂੰ, ਬਜ਼ੁਰਗ ਨੂੰ 365 ਦਿਨ ਵਾਸਤੇ ਬਿਨਾਂ ਵਕੀਲ, ਕਿਉਂਕਿ ਇਹਦੇ 'ਚ ਕੋਈ ਅਪੀਲ ਦਲੀਲ ਨਹੀਂ ਗੀ, 365 ਦਿਨ ਲਈ ਨਜ਼ਰਬੰਦ ਕਰ ਸਕਦੇ ਆ, ਤੇ ਕਹਿੰਦੇ ਸਧਾਰਨ ਜੀ ਸਬ ਇੰਸਪੈਕਟਰ ਦੀ ਰਿਪੋਰਟ ਲੈ ਕੇ। ਅੱਖਾਂ ਬੰਦ ਕਰਕੇ ਸੋਚੋ, ਜੇ ਫਰਜ਼ ਕਰੋ ਆਪਣੇ ਪਰਿਵਾਰ ਦਾ ਬੰਦਾ ਕੋਈ ਹੋਏ, ਕੀ ਦਿਲ ਤੇ ਗੁਜ਼ਰਦੀ ਹੈ। ਮੈਂ ਮੇਰਾ ਬਚਪਨ ਏਦਾਂ ਹੀ ਉਹਨਾਂ ਦੀਆਂ ਜੇਲ੍ਹਾਂ, ਉਹਨਾਂ ਦੇ ਵੱਲੋਂ ਸੰਘਰਸ਼ ਉਹਦੇ ਵਿੱਚ ਗੁਜ਼ਰਿਆ, ਤੇ ਮੈਨੂੰ ਉਹੀ ਸੰਸਕਾਰ ਆਏ ਨੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਲੋਕਾਂ ਦੀ ਖਾਤਰ ਖੜਨਾ ਵਾ, ਲੜਨਾ ਵਾ। ਔਰ ਮੈਂ ਇੱਕ ਜਜ਼ਬਾਤੀ ਬੰਦਾ, ਮੈਂ
ਦਿਲ ਤੋਂ ਚੱਲਦਾ ਵਾਂ, ਮੈਂ ਦਿਮਾਗ ਤੋਂ ਨਹੀਂ ਚੱਲਦਾ। ਮੇਰੇ ਮਗਰੋਂ ਬਹੁਤ ਸਾਰੇ ਲੋਕੀ ਆਏ ਹੋਣਗੇ, ਪਾਰਟੀ ਚ ਅਮੀਰ ਮੰਤਰੀ ਬਣ ਗਏ, ਸੰਤਰੀ ਬਣ ਗਏ, ਮੇਰੇ ਦਿਲ ਵਿੱਚ ਇੱਕ ਰੱਤਾ ਮਾਰ ਕੇ ਖਿਆਲ ਨਹੀਂ ਆਇਆ। ਮੈਂ ਆਪਣੀ ਸਪੀਡ ਨਾਲ ਲੋਕਾਂ ਦੇ ਕੰਮ ਕਰਦਾ ਕਰਦਾ ਤੁਰਿਆ ਗਿਆ ਤੁਰਿਆ ਗਿਆ। ਵਾਹਿਗੁਰੂ ਦੀ ਕਿਰਪਾ ਨਾਲ ਪੈਸਾ ਤਾਂ ਨਹੀਂ ਹੋ ਸਕਦਾ ਮੇਰੇ ਕੋਲ ਉਹਨਾਂ ਦੇ ਬਰਾਬਰ, ਪਰ ਜਿਹੜੀ ਮੇਰੀ ਇੱਜ਼ਤ ਦੁਨੀਆਂ ਵਿੱਚ ਕਰਦੇ ਆ ਸਾਰੀ ਦੁਨੀਆਂ ਦੇ ਲੋਕੀ, ਆਹ ਸੰਗਰੂਰ ਉਹਦਾ ਅੱਜ ਨਤੀਜਾ ਜਦੋਂ 4 ਤਰੀਕ ਨੂੰ ਆਉਣਾ ਤੁਹਾਨੂੰ ਆਪੇ ਪਤਾ ਲੱਗ ਜਾਣਾ। ਵਾਹਿਗੁਰੂ ਦੀ ਕਿਰਪਾ ਨਾਲ ਆਪਾਂ ਤੁਹਾਡੀ ਬਦੌਲਤ ਸ਼ਾਨਦਾਰ ਤੁਹਾਡੇ ਦੀ ਧਰਤੀ, ਜਦੋਂ ਪਿਛਲੀ ਵਾਰ 2019 ਚ ਢਿੱਲੋਂ ਸਾਹਿਬ ਇਲੈਕਸ਼ਨ ਲੜਦੇ ਹੁਣ ਕਿਸੇ ਨੇ ਸੋਚਿਆ ਸੀਗਾ ਕਿ ਅਗਲੀ ਇਲੈਕਸ਼ਨ ਕਾਂਗਰਸ ਦੇ ਸੁਖਪਾਲ ਸਿੰਘ ਖਹਿਰਾ ਨੂੰ ਲੈ ਕੇ ਆਏਗੀ? ਮੈਂ ਟਿਕਟ ਨਹੀਂ ਮੰਗੀ ਮੇਰੇ ਵੀਰੋ, ਮੈਂ ਤਾਂ ਆਪਣਾ ਕੰਮ ਹੀ ਕਰਦਾ ਰਿਹਾ ਇਮਾਨਦਾਰੀ ਦੇ ਨਾਲ। ਮੈਂ ਤਾਂ ਭੈਣੋ ਤੇ ਭਰਾਓ ਪਾਰਟੀ ਤੋਂ ਮੰਗਿਆ ਨਹੀਂ ਸੀ, ਕਿੱਥੇ ਦੁਆਬਾ ਕਿੱਥੇ ਇੱਥੇ, ਪਰ ਮੈਂ ਇੱਕ ਗੱਲ ਦਾ ਇੰਨਾ ਮੇਰੇ ਮਨ ਤੇ ਇੱਕ ਤੁਹਾਡਾ ਪ੍ਰਭਾਵ ਹੈ ਜ਼ਬਰਦਸਤ ਕਿ ਇੱਥੇ ਕੀ ਹੋਇਆ ਜਦੋਂ ਮੈਂ ਆਇਆ ਔਰ ਇੱਕ ਮਹੀਨੇ ਤੋਂ ਘੁੰਮ ਰਿਹਾ, ਮੈਨੂੰ ਮੇਰੀ ਪਾਰਟੀ ਨੇ ਤਾਂ ਪਿਆਰ ਕਰਨਾ ਹੀ ਕਰਨਾ ਸੀ, ਆਹ ਸਰਪੰਚ ਸਾਹਿਬ ਹੁਣੀ ਖੜੇ ਨੇ, ਸਾਰਾ ਪ੍ਰਧਾਨ ਜੀ ਜ਼ਿਲ੍ਹਾ ਦੇ ਕਾਲਾ ਢਿੱਲੋਂ ਸਾਹਿਬ, ਤੁਹਾਡੀ ਸਾਰੀ ਟੀਮ ਟਿੱਕਰੀ ਵਾਲ ਦੀ, ਇਹਨਾਂ ਨੇ ਤਾਂ ਚਾਹ ਨਾਲ ਮੈਨੂੰ ਕਰਨਾ ਹੀ ਸੀਗਾ, ਪਰ ਸਾਰੀਆਂ ਪਾਰਟੀਆਂ ਦੇ ਬੰਦਿਆਂ ਨੇ, ਮਤਲਬ ਧਾਰਮਿਕ ਬੰਦਿਆਂ ਨੇ, ਚੰਗੇ ਚੰਗੇ ਬਜ਼ੁਰਗਾਂ ਨੇ, ਅੰਮ੍ਰਿਤਧਾਰੀਆਂ ਨੇ, ਬੀਬੀਆਂ ਨੇ, ਮੁਸਲਮਾਨਾਂ ਨੇ, ਇੰਨਾ ਪਿਆਰ ਦਿੱਤਾ ਨਾ ਮੈਨੂੰ। ਇੱਥੇ ਕੀ ਮੈਨੂੰ ਨਜ਼ਰ ਆ ਕਿ ਜਿਹੜਾ ਆਦਮੀ ਜ਼ਿੰਦਗੀ ਵਿੱਚ ਸੰਘਰਸ਼ ਕਰਦਾ ਉਹਦਾ ਸੰਘਰਸ਼ ਅਜਾਇਆ ਨਹੀਂ ਜਾਂਦਾ। ਅਗਰ ਤੁਸੀਂ ਸੱਚ ਦੇ ਰਾਹ ਤੇ ਚੱਲਦੇ ਹੋ ਉਹਦਾ ਤੁਹਾਨੂੰ ਨਤੀਜਾ, ਉਹਦਾ ਸ਼ਾਬਾਸ਼ ਮਿਲਣੀ ਮਿਲਣੀ ਆ। ਜੇ ਤੁਸੀਂ ਮਿਹਨਤ ਕਰਦੇ ਹੋ, ਮਿਹਨਤ ਦਾ ਮੁੱਲ ਮੇਰੇ ਵੀਰੋ ਹੋਣਾ ਹੀ ਹੋਣਾ ਵਾ। ਮੈਂ ਤੁਹਾਡੇ ਸਾਹਮਣੇ ਜਾਣ ਦੀ ਮਿਸਾਲ ਆ, ਮੈਨੂੰ ਟਾਈਮ ਤਾਂ ਲੱਗ ਗਿਆ ਜ਼ਿੰਦਗੀ ਚ 27-28 ਸਾਲ ਦਾ ਤੁਰਿਆ ਹੋਇਆ। ਇਹ ਨਹੀਂ ਕਿ ਪਹਿਲਾਂ ਲੋਕਾਂ ਨੇ ਨਵਾਜਿਆ ਨਹੀਂ, ਪਹਿਲਾਂ ਵੀ ਮੈਨੂੰ MLA ਬਣਾ ਕੇ ਨਵਾਜ ਕੇ ਭੇਜਿਆ, ਮੈਨੂੰ ਵਿਰੋਧੀ ਧਿਰ ਦਾ ਆਗੂ ਬਣਾ ਕੇ ਭੇਜਿਆ, ਪਰ ਇਲਾਕੇ ਚੋਂ ਸੰਗਰੂਰ ਵਰਗੀ ਸੀਟ ਜਿਹੜਾ ਇਹ ਕਹਿੰਦੇ ਕਿ ਸਾਡੀ ਅਖੌਤੀ ਰਾਜਧਾਨੀ ਹੈ, ਉੱਥੇ ਲੋਕਾਂ ਦਾ ਇੰਨਾ ਪਿਆਰ ਤੇ ਸਤਿਕਾਰ ਮਿਲਣਾ, ਇਹ ਜਿੱਥੇ ਮੈਂ ਉਸ ਅਕਾਲ ਪੁਰਖ ਦਾ ਧੰਨਵਾਦ ਕਰਦਾ, ਉੱਥੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ। ਔਰ ਨੌਜਵਾਨਾਂ ਨੂੰ ਕਹੂੰਗਾ ਜਿਹੜੇ ਰਾਜਨੀਤੀ ਚ ਆਉਣਾ ਚਾਹੁੰਦੇ ਨੇ, ਮੈਂ ਨਮੂਨਾ ਤੁਹਾਡੇ ਸਾਹਮਣੇ, ਨਾ ਮੈਂ ਵੀਰੋ ਕਿਸੇ ਦੀ ਖੁਸ਼ਾਮਦ ਕੀਤੀ ਜ਼ਿੰਦਗੀ ਚ, ਨਾ ਮੈਂ 1 ਰੁਪਈਆ ਲੈ ਕੇ ਕਦੀ ਟਿਕਟ ਖਰੀਦੀ ਆ, ਨਾ ਮੈਂ ਦਿੱਲੀ ਜਾ ਕੇ ਕਿਸੇ ਦੇ ਦਰਵਾਜ਼ਿਆਂ ਦੇ ਬਾਹਰ ਖੜਿਆ, ਮੈਂ ਆਪਣੀ ਗੈਰਤ ਤੇ ਅਣਖ ਨੂੰ ਬਰਕਰਾਰ ਰੱਖ ਕੇ ਸਿਰਫ ਤੇ ਸਿਰਫ ਕੰਮ ਕੀਤਾ। ਇਸ ਕੰਮ ਚ ਮੈਨੂੰ 27-28 ਸਾਲਾਂ ਚ ਸਾਰੀਆਂ ਸਰਕਾਰਾਂ ਨੇ, ਮੇਰਾ ਖਿਆਲ ਮੈਂ ਕੇਂਦਰ ਸੀ ਬੈਠਾ, 17 ਮੁਕੱਦਮੇ ਦਰਜ ਕੀਤੇ ਮੇਰੇ ਤੇ। ਔਰ ਆਹ ਜਿਹੜਾ ਭਗਵੰਤ ਨੇ ਮੇਰੇ ਤੇ, ਜਿੱਦਾਂ ਸੇਵਾ ਸਿੰਘ ਠੀਕਰੀਵਾਲ ਦੇ ਇੱਕ ਗੜਵੀ ਦਾ ਝੂਠਾ ਮੁਕੱਦਮਾ ਮੇਰੇ ਤੇ, NDPS ਦਾ ਨਸ਼ੇ ਦਾ ਮੁਕੱਦਮਾ ਕੀਤਾ, ਤੁਹਾਨੂੰ ਲੱਗਦਾ ਕਿ ਮੈਂ NDPS ਦਾ ਕੋਈ ਡਰੱਗ ਮਾਫੀਆ ਨਾਲ ਜੁੜਿਆ ਬੰਦਾ ਹੋ ਸਕਦਾ ਵਾ? ਮੇਰੇ ਪਿਤਾ ਜੀ ਸਾਡਾ ਖਾਨਦਾਨ ਆ, ਮੈਂ ਪੜਿਆ ਹੋਇਆ ਵਾ, ਮੇਰੀਆਂ 6 ਭੈਣਾਂ ਨੇ, ਮੈਂ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਆਪਣੀਆਂ ਭੈਣਾਂ ਦਾ ਵਿਆਹ ਕੀਤਾ। ਮੈਂ ਤਾਂ ਇਲਾਕੇ ਦੇ ਲੋਕਾਂ ਲਈ, ਪੰਜਾਬ ਦੇ ਲੋਕਾਂ ਲਈ ਲਗਾਤਾਰ ਲੜਦਾ ਪਿਆ ਹੋਣਾ। ਇਸ ਲਈ ਇਹ ਜਿਹੜਾ ਮੇਰੇ ਨਾਲ ਅੱਜ ਵਾਪਰਿਆ, ਇਹ ਇੱਕ ਨਸੀਹਤ ਨੌਜਵਾਨਾਂ ਲਈ ਆਉਣ ਵਾਲੇ ਸਮੇਂ ਦੇ ਵਿੱਚ, ਕਿ ਜੇ ਤੁਸੀਂ ਲੋਕਾਂ ਦੇ ਕੰਮ ਕਰੋਗੇ ਔਰ ਇਮਾਨਦਾਰੀ ਨਾਲ ਤੁਸੀਂ ਆਪਣੀ ਜ਼ਿੰਦਗੀ ਬਸਰ ਕਰਕੇ ਲੋਕ ਲੜਾਈ ਕਰੋਗੇ ਤੇ ਲੋਕੀ ਇੱਦਾਂ ਹੀ ਚੰਗੇ ਬੰਦਿਆਂ ਨੂੰ ਨਵਾਜਦੇ ਨੇ, ਜਿੱਦਾਂ ਸੰਗਰੂਰ ਵਿੱਚ ਅੱਜ ਤੁਸੀਂ ਮੈਨੂੰ ਅੱਜ ਨਵਾਜ ਰਹੇ ਹੋ ਮੇਰੇ ਲਈ। ਮੈਂ ਪਿੰਡ ਦੀ ਗੱਲ ਹੀ ਕਰਨਾ, ਇੱਕ ਮਿੰਟ, ਮੈਨੂੰ ਇਹ ਪਹਿਲਾਂ ਵੀ ਦੱਸਿਆ ਸੀ ਜਦੋਂ ਪਹਿਲੇ ਸਕੱਠ ਹੋਇਆ ਸਰਪੰਚ ਸਾਹਿਬ, ਯਾਦ ਹੈ ਤੁਹਾਨੂੰ? ਆਹ ਲਓ ਦੇਖੋ, ਮੋਟਾ ਮੋਟਾ ਤੁਹਾਨੂੰ ਗਣਾ ਦਿੱਤਾ ਸੀ ਇਹਨਾਂ ਨੇ,
ਪਰ ਠੀਕਰੀਵਾਲ ਦੇ ਜਿਹੜੇ ਕਾਂਗਰਸ ਵੇਲੇ ਕੰਮ ਹੋਏ, ਗ੍ਰਿਡ ਬਣਿਆ, ਮੰਡੀ ਬਣੀ, ਬਰਨਾਲਾ ਤੋਂ ਠੀਕਰੀਵਾਲ ਤੱਕ ਸੜਕ ਬਣੀ, ਸੇਵਾ ਸਿੰਘ ਠੀਕਰੀਵਾਲ ਦੀ ਵਾਲੇ ਸਟੇਟ 10 ਲੱਖ ਰੁਪਇਆ ਦਿੱਤਾ, ਇੰਟਰਲੋਕ 30 ਲੱਖ ਰੁਪਏ ਦੀ ਲਈ, ਇੱਕ ਲਾਇਬ੍ਰੇਰੀ। ਤੇ ਭਗਵੰਤ ਮਾਨ 2 ਸਾਲ ਪਹਿਲਾਂ ਸੁਣ ਲਓ, ਹੁਣ ਇਹਨਾਂ ਦਾ ਝੂਠਿਆਂ ਦਾ ਫਰੋਡੀਆਂ ਦਾ ਕਰਤੂਤ, ਕਿੱਡਾ ਮਹਾਨ ਪਿੰਡ ਆ, ਤੂੰ ਇੱਕ ਸ਼ਹੀਦ ਦੇ ਪਿੰਡ ਜਾ ਰਿਹਾ, ਤੂੰ ਨਹੀਂ ਕਰ ਸਕਦਾ ਪੂਰਾ ਨਾਂ ਅਨਾਊਂਸ ਕਰ, ਤੂੰ ਉਹਨਾਂ ਚੀਜ਼ ਅਨਾਊਂਸ ਕਰ ਦੇ। ਪਰ ਇਹਨਾਂ ਨੂੰ ਲੱਗਦਾ ਕਿ ਲੋਕੀ ਤਾਂ ਐਵੇਂ ਹੀ ਆ, ਸਾਡੇ ਨਾਲ ਬੱਚੇ ਪਏ ਨੇ, ਇਹਨਾਂ ਦਾ ਕੀ ਆ, ਜੋ ਮਰਜ਼ੀ ਝੂਠ ਬੋਲ ਜਾਓ। 2 ਸਾਲ ਪਹਿਲਾਂ ਬਰਸੀ ਦੇ ਕੀਤਾ ਇਹਨੇ ਐਲਾਨ ਕਿ ਮੈਂ ਇੱਕ ਨਰਸਿੰਗ ਕਾਲਜ ਲੜਕੀਆਂ ਦਾ ਬਣਾਊਂਗਾ। ਭੈਣੋ ਬਣਿਆ ਕੋਈ ਨਰਸਿੰਗ ਕਾਲਜ ਦੱਸੋ, ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦੱਸ ਰਿਹਾ ਬੇਟਾ, ਔਰ ਉਸ ਤੋਂ ਕਿਹਾ ਸੀਗਾ ਪਿੰਡ ਦੀ ਫਿਰਨੀ। ਇਹਦੇ ਨਾਲ ਛੋਟਾ ਕੰਮ ਤਾਂ ਕੋਈ ਨਹੀਂ ਹੋ ਸਕਦਾ, ਚਲੋ ਨਰਸਿੰਗ ਕਾਲਜ ਨੂੰ ਤਾਂ ਟਾਈਮ ਲੱਗ ਸਕਦਾ, ਕੁਛ ਹੋ ਸਕਦਾ, ਕੋਈ ਲਾਇਸੈਂਸ ਨਹੀਂ ਮਿਲਿਆ, ਯਾਰ ਉਹ ਪਿੰਡ ਦੀ ਫਿਰਨੀ ਇੱਕ ਚੀਫ ਮਿਨਿਸਟਰ ਪੈਦਾ ਕਰਕੇ ਗਿਆ ਹੋਵੇ, ਤੇ ਇਹਦੇ ਨਾਲ ਕੋਚੀ ਤੇ ਹਰਕਤ ਨਹੀਂ ਹੋ ਸਕਦੀ। ਤੀਸਰਾ ਵਾਇਦਾ ਕਿ ਤੁਹਾਡੀ ਡਰੇਨ ਦੇ ਉੱਤੇ ਪੁਲ ਬਣਿਆ ਜੀ, ਪੁਲ ਜਰਾ ਦੱਸੋ। ਅੱਛਾ, ਪੁਲ ਤੋਂ ਮੈਨੂੰ ਗੱਲ ਯਾਦ ਆ ਗਈ, ਇਹਦੀ ਮੈਨੂੰ ਲੱਗਦਾ ਆਦ ਤੋਂ ਮਜਬੂਰਨ ਝੂਠਾ ਬੰਦਾ ਇਹ। ਇੱਕ ਨਾ ਮੈਂ ਗਿਆ ਦਿੜਵੇ ਬਗਰੋਲ ਪਿੰਡ ਚਲੇ ਗਿਆ, ਉਹ ਮੈਨੂੰ ਪਿੰਡ ਵਾਲਿਆਂ ਦੀ ਮੀਟਿੰਗ ਸਿੱਧਾ ਰੱਖੀ ਹੋਈ, ਉਹ ਕਹਿੰਦੇ ਜੀ ਅੱਜ ਅਸੀਂ ਮੀਟਿੰਗ ਇੱਥੇ ਨਹੀਂ ਕਰਨੀ। ਮੈਂ ਕਿਹਾ ਕਿੱਥੇ ਕਰਨੀ? ਕਹਿੰਦੇ ਡਰੇਨ ਦੇ ਪੁਲ ਤੇ ਕਰਨੀ ਆ ਜੀ। ਮੈਂ ਕਿਹਾ ਉੱਥੇ ਕੀ ਗੱਲ ਆ? ਕਹਿੰਦੇ ਜੀ ਭਗਵੰਤ ਮਾਨ ਸਾਡੇ ਪਿੰਡ ਆਇਆ ਸੀਗਾ ਦੂਸਰੀ ਵਾਰ ਐਮ ਪੀ ਬਣਨ ਤੋਂ ਬਾਅਦ, ਤੇ ਜਦੋਂ ਅਸੀਂ ਕਿਹਾ ਕਿ ਸਾਡਾ ਡਰੇਨ ਦਾ ਪੁਲ ਆ, ਕਹਿੰਦਾ ਕੋਈ ਗੱਲ ਨੀ ਮੈਂ ਕਰਾ ਦੂੰਗਾ, ਤੁਸੀਂ ਫਿਕਰ ਨਾ ਕਰੋ, ਚਲੇ ਗਿਆ। ਉਹ ਤੋਂ ਬਾਅਦ ਕਹਿੰਦੇ ਸਾਲ ਕੁ ਬਾਅਦ, 6 ਮਹੀਨੇ ਬਾਅਦ ਇੱਕ ਟੀਵੀ ਦਾ ਪ੍ਰੋਗਰਾਮ ਸੀ ਮੋਹਾਲੀ ਕਿ ਚੰਡੀਗੜ੍ਹ, ਚੱਕਬਾਣੀ 7 ਪ੍ਰੋਗਰਾਮ, ਉਸ ਪ੍ਰੋਗਰਾਮ ਚ ਕਹਿੰਦਾ ਕਿ ਮੈਂ ਇੱਕ ਦਿਨ ਗਿਆ ਸੀ ਦਿੜਵੇ, ਲੋਕੀ ਮੈਨੂੰ ਲੈ ਗਏ ਬਗਰੋਲ ਪਿੰਡ ਚ, ਬਗਰੋਲ ਵਾਲਿਆਂ ਨੇ ਕਿਹਾ ਡਰੇਨ ਆ ਚੰਬੋ ਨਦੀ ਆ ਕਿ ਚੰਬੋ ਡਰੇਨ ਆ, ਛੋਟੀ ਜਿਹੀ ਡਰੇਨ ਆ, ਇੰਨੀ ਕੁ ਜਿੰਨੀ ਦੂਰ ਆ ਪੱਖਾ ਹੈ ਤੁਹਾਨੂੰ ਛੋਟੀ ਆ, ਤੇ ਕਹਿੰਦਾ ਮੈਨੂੰ ਲੈ ਕੇ, ਉਹਨਾਂ ਨੇ ਕਿਹਾ ਸਾਡੀ ਡਰੇਨ ਬਣਾਓ, ਤੇ ਮੈਂ ਕਿਹਾ ਕੋਈ ਗੱਲ ਨੀ ਬਣਾ ਦਿੰਦੇ ਹਾਂ। ਡੀਸੀ ਨਾਲ ਗੱਲ ਕੀਤੀ, ਡੀਸੀ ਨੇ ਇੱਕ ਐਸਟੀਮੇਟ ਲਗਵਾਇਆ ਪੀਡਬਲਿਊਡੀ ਬੀਆਰ ਤੋਂ, ਉਹ ਐਸਟੀਮੇਟ ਬਣ ਕੇ ਆ ਗਿਆ 1,01,08,00,000 ਦਾ। ਤੇ ਕਹਿੰਦਾ ਇੱਕ ਮੇਰਾ ਦੋਸਤ ਸੀ ਇੰਜੀਨੀਅਰ, ਨਾਂ ਨੀ ਦੱਸਿਆ ਕੋਈ ਵੀ ਕੌਣ ਸੀ, ਇੱਕ ਦੋਸਤ ਸੀਗਾ ਇੰਜੀਨੀਅਰ, ਮੈਂ ਉਹਨੂੰ ਡਰੇਨ ਦਿਖਾਈ, ਉਹ ਕਹਿੰਦਾ ਯਾਰ ਗੱਲ ਹੀ ਕੋਈ ਨੀ ਗੀ, ਇਹ ਡਰੇਨ ਤਾਂ ਆਪਾਂ ਬਣਾ ਦੇਣੀ ਆ 6 ਲੱਖ ਚ। ਉਹ ਕਹਿੰਦਾ ਲੋਕੋ ਅਸੀਂ ਉਹ ਡਰੇਨ ਦਾ ਪੁਲ 6 ਲੱਖ ਚ ਬਣਾ ਦਿੱਤਾ, ਉਹ 1,00,00,000 ਬਚਾ ਦਿੱਤਾ ਜਿਹੜਾ ਅਕਾਲੀ ਕਾਂਗਰਸੀ ਖਾ ਜਾਣੇ ਸੀਗੇ। ਉਹ ਕਹਿੰਦੇ ਮੈਨੂੰ ਪਿੰਡ ਵਾਲੇ ਕਹਿੰਦੇ ਹੁਣ ਤੁਹਾਨੂੰ ਡਰੇਨ ਦਿਖਾਉਂਦੇ, ਕਹਿੰਦੇ ਜੀ ਆਹ ਡਰੇਨ ਹੈ, ਉਹ ਡਰੇਨ ਪੁਲ ਹੀ ਹੈ ਨੀਗਾ ਉੱਥੇ ਕੋਈ, ਉਦਾਂ ਹੀ ਝੂਠ ਬੋਲ ਗਿਆ ਪਬਲਿਕ ਦੇ ਪਲੇਟਫਾਰਮ ਤੋਂ। ਫਿਰ ਉੱਥੇ ਸਰਪੰਚ ਆਇਆ ਪਿੰਡ ਦਾ, ਤਾਰੀ ਉਹਦਾ ਨਾਮ ਸੀ, ਸਾਬਕਾ ਸਰਪੰਚ, ਉਹ ਮੌਕੇ ਤੇ ਦੇਖ ਕੇ ਲੋਕਾਂ ਨੂੰ, ਉਹ ਵੀ ਆ ਗਿਆ ਗੱਡੀ ਲੈ ਕੇ। ਉਹ ਕਹਿੰਦਾ ਜੀ ਆਹ ਜਿਹੜੇ 2 ਵੱਡੇ ਪਾਈਪ ਪਏ ਨਾ ਲੰਘਣ ਵਾਸਤੇ ਉੱਤੋਂ ਵੀ ਪਾਣੀ ਥੱਲਿਓ ਦੀ ਲੰਘ ਜੇ, ਉਹ ਕਹਿੰਦਾ ਅਕਾਲੀ ਦਲ ਦੇ ਪੁਰਾਣੇ ਸਰਪੰਚ ਨੇ ਪਾਏ ਬਣਾਏ, 1 ਰੁਪਈਆ ਨਹੀਂ ਲਾਇਆ, ਤੇ 1 ਕਰੋੜ ਦੇ ਝੂਠੇ ਇਲਜ਼ਾਮ ਲਾ ਕੇ ਦੂਜਿਆਂ ਦੇ, ਤੇ ਇਹ ਝੂਠ ਬੋਲ ਗਿਆ। ਜਿਹੜੇ ਲੋਕੀ ਇਸ ਲੈਵਲ ਦੇ ਝੂਠੇ ਨੇ ਉਹਨਾਂ ਤੋਂ ਸੁੱਚੀ ਆਪਾਂ ਕੀ ਉਮੀਦ ਕਰ ਸਕਦਾ ਪੰਜਾਬ। ਆਹ ਤਾਜ਼ੀ ਗੱਲ ਹੀ ਆ ਬਰਨਾਲੇ ਜ਼ਿਲ੍ਹੇ 'ਚ, ਜਦੋਂ ਕੇਜਰੀਵਾਲ ਸੱਦਿਆ ਸੀਗਾ 5-7 ਹਜ਼ਾਰ ਆਦਮੀ ਇਕੱਠਾ ਕੀਤਾ, ਆਪਣੀ ਮਾਤਾ ਇੱਕ ਬਜ਼ੁਰਗ ਮਾਤਾ ਨੂੰ ਖੜੀ ਕਰਕੇ ਇੱਥੇ ਸਹੁਰਾ ਉੱਤੇ ਹੱਥ ਰੱਖ ਕੇ ਕਹਿੰਦਾ ਮੈਂ ਮਾਤਾ ਦੀ 100 ਲੱਖ ਖਾ ਕੇ ਕਹਿੰਦਾ ਕਿ ਅੱਜ ਤੋਂ ਬਾਅਦ ਮੈਂ ਸ਼ਰਾਬ ਨਹੀਂ ਪੀਊਂਗਾ। ਤੀਜੇ ਚੌਥੇ ਦਿਨ ਨਾਲੀਆਂ ਡਿੱਗਿਆ ਪਿਆ ਸੀਗਾ, ਇੱਕ ਦੇ ਨਾਲ ਜਿਹੜਾ ਗਿਆ ਨਾ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਤਖ਼ਤ ਦੇ, ਇਹ ਸ਼ਰਾਬੀ ਸੀਗਾ। ਅੱਛਾ ਮੇਰੇ ਤੋਂ ਗਵਾਹੀ ਲਓ, ਬਹਿਬਲ ਕਲਾਂ ਦਾ ਜਿੱਦਣ ਭੋਗ ਸੀ ਬਰਗਾੜੀ ਵਾਲੇ 2 ਨੌਜਵਾਨਾਂ ਦਾ, ਉਹ ਸਟੇਡੀਅਮ ਵਿੱਚ ਭੋਗ ਸੀਗਾ, ਬਹੁਤ ਵੱਡਾ ਕੱਖ ਸੀ, ਮੈਂ ਸਟੇਜ ਤੇ ਬੈਠਾ ਸੀ, ਮੇਰੇ ਅੱਗੇ ਨਾਲ ਜਥੇਦਾਰ ਭਾਈ ਮਨਜੀਤ ਸਿੰਘ ਐਕਟਿੰਗ ਜਥੇਦਾਰ ਤਖ਼ਤ ਕੇਸਗੜ੍ਹ ਸਾਹਿਬ, ਤੇ ਨਾਲ ਛੋਟੇਪੁਰ ਬੈਠਾ ਸੀਗਾ, ਇਹ ਡੱਕੇ ਡੋਲੇ ਖੰਭਾਂ ਵਿੱਚੋਂ ਦੀ ਆਵੇ
ਸਟੇਜ ਤੇ ਜਦੋਂ ਲੱਗ ਗਿਆ ਤੇ ਹਾੜ ਇੰਨੀ ਗੱਦੀ ਆਈ ਉਹ ਜਥੇਦਾਰ ਪਿੱਛੇ ਮੁੜ ਕੇ ਕਹਿੰਦਾ ਕਹਿੰਦਾ ਇਹਨੂੰ ਹਟਾਓ ਪਰ ਇਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਬੜੀ ਮੁਸ਼ਕਿਲ ਨਾਲ ਕੱਢ ਕੇ ਲੈ ਕੇ ਉਹਨਾਂ ਲੋਕਾਂ ਨੇ ਇਹਨੇ ਕੱਪੜੇ ਪਾੜ ਦੇਣੇ ਸੀਗੇ। ਆਹ ਇਹਨਾਂ ਦਾ ਕਿਰਦਾਰ ਦੀ ਗੱਲ ਮੈਂ ਕਰ ਰਿਹਾ ਵਾਂ, ਜਿਹੜਾ ਖੇਰੇ ਨੂੰ ਕਹਿੰਦੇ ਨੇ ਕਿ ਇਹ ਖੇਰਾ ਇੱਕ ਇੱਥੇ ਖੜਾ। ਤਿੰਨ ਚਾਰ ਦਿਨ ਪਹਿਲਾਂ ਇੱਕ ਮੈਂ ਬੜਾ ਮਹੱਤਵਪੂਰਨ ਇਸ਼ੂ ਉਠਾਇਆ, ਸਾਡੇ ਪੰਜਾਬ ਦੇ ਵਿੱਚ ਕੀ ਹੋਇਆ ਕਿ ਜਿੰਨੀਆਂ ਨੌਕਰੀਆਂ ਸਰਕਾਰ ਕਹਿ ਰਹੀ ਮੈਂ ਦੇ ਰਹੇ ਹਾਂ ਉਹ ਸਾਰੀਆਂ ਨੌਕਰੀਆਂ ਜ਼ਿਆਦਾ ਜਾ ਰਹੀਆਂ ਨੇ ਰਾਜਸਥਾਨ, ਹਰਿਆਣਾ ਅਤੇ ਦਿੱਲੀ ਦੇ ਲੋਕਾਂ ਨੂੰ, ਕਿਉਂਕਿ ਸਾਡੇ ਕੋਲ ਕੋਈ ਕਾਨੂੰਨ ਨਹੀਂ ਹੈ। ਡੋਮਸਾਈਲ ਲਾਅ ਕਹਿੰਦੇ ਨੇ ਕਿ ਆਹ ਸਰਟੀਫਿਕੇਟ ਚੁੱਕੋ, ਮੈਂ ਪੰਜਾਬ ਦਾ ਪੱਕਾ ਬਸ਼ਰ ਹਾਂ, ਇਹ ਕੋਈ ਕਾਨੂੰਨ ਨਹੀਂ ਹੈ। ਜਿਹੜਾ ਆਉਂਦਾ ਉਹ ਆਨਲਾਈਨ ਹੀ ਅਪਲਾਈ ਕਰਕੇ ਉਧਰੋਂ ਨੌਕਰੀ ਲੈ ਕੇ ਜਾ ਸਕਦਾ। ਮੈਂ ਇੱਕ ਬਿੱਲ ਪੇਸ਼ ਕੀਤਾ ਹੋਇਆ ਮੇਰੇ ਵੀਰੋ ਭੈਣੋ ਬਜ਼ੁਰਗੋ, ਬਹੁਤ ਇੰਪੋਰਟੈਂਟ ਉਸ ਦਾ ਉਹ ਬਿੱਲ ਹੈ, ਹਿਮਾਚਲ ਪ੍ਰਦੇਸ਼ ਜਿਹੜਾ ਆਪਣੇ ਗੁਆਂਢੀ ਸੂਬਾ ਇਹਨਾਂ ਦੀ ਤਰਜ ਤੇ ਉਸ ਹਿਮਾਚਲ ਪ੍ਰਦੇਸ਼ ਨੇ 52 ਸਾਲ ਪਹਿਲਾਂ ਬਿੱਲ ਪਾਸ ਕੀਤਾ ਕਿ ਇਹ ਸਾਡੇ ਹਿਮਾਚਲ ਵਿੱਚ ਆਪਣੇ ਆਪ ਨੂੰ ਬਚਾਉਣ ਲਈ, ਆਪਣੀ ਭਾਸ਼ਾ, ਆਪਣੇ ਬਾਗ ਬਚਾਉਣ ਲਈ, ਕਿ ਸਾਡੇ ਹਿਮਾਚਲ ਵਿੱਚ ਬਿਨਾਂ ਪਰਮਿਸ਼ਨ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਨਾ ਕੋਈ ਜ਼ਮੀਨ ਲੈ ਸਕਦਾ, ਨਾ ਕੋਈ ਵੋਟਰ ਬਣ ਸਕਦਾ, ਨਾ ਕੋਈ ਸਰਕਾਰੀ ਨੌਕਰੀ ਲੈ ਸਕਦਾ। ਮੈਂ 2023 ਜਨਵਰੀ ਦਾ ਡੇਢ ਸਾਲ ਪਹਿਲਾਂ ਕੁਲਵਾਰ ਕੁਲਤਾਰ ਸੰਧਵਾ ਨੂੰ ਮਿਲ ਕੇ ਉਹਦੇ ਦਫ਼ਤਰ ਦੇ ਵਿੱਚ ਜਾ ਕੇ ਇਹ ਬਿੱਲ ਪੇਸ਼ ਕਰ ਦਿੱਤਾ ਔਰ ਸਮਝਾਇਆ ਕਿ ਬੜਾ ਅਹਿਮ ਬਿੱਲ ਆ, ਤੁਸੀਂ ਜੇ ਨਹੀਂ ਕਰੋਗੇ ਨੌਕਰੀਆਂ ਵੀ ਜਾਣਗੀਆਂ। 3.5 ਕਰੋੜ ਵਿੱਚੋਂ 3 ਕਰੋੜ ਆਬਾਦੀ ਚੋਂ 75 ਲੱਖ ਆਪਣਾ ਪੰਜਾਬੀ ਵਿਦੇਸ਼ਾਂ ਵਿੱਚ ਚਲੇ ਗਿਆ। ਜੇ ਆਪਾਂ ਉਹਨਾਂ ਦੀ ਜਗ੍ਹਾ ਦੇ ਉੱਤੇ ਗੈਰ ਪੰਜਾਬੀ ਬਿਨਾਂ ਸ਼ਰਤਾਂ ਪੂਰੀਆਂ ਕੀਤੇ ਇਸ ਸਪੀਡ ਨਾਲ ਆਉਣਗੇ, 15-20 ਸਾਲ ਦੇ ਵਿੱਚ ਤੁਹਾਨੂੰ ਪੰਜਾਬ, ਪੰਜਾਬੀਅਤ, ਪੱਗ, ਸੱਭਿਆਚਾਰ, ਜ਼ੁਬਾਨ ਇਹ ਹੌਲੀ ਹੌਲੀ ਘਟਦਾ ਜਾਵੇਗਾ, ਕਿਉਂਕਿ ਸਾਡੇ ਦੁਆਬੇ ਵਿੱਚ ਤਾਂ ਕੰਮ ਹੋ ਚੁੱਕਾ ਵਾ, ਪਿੰਡਾਂ ਦੇ ਪਿੰਡ ਖਾਲੀ ਨੇ ਮੇਰੇ ਵੀਰੋ, ਤੁਹਾਡੇ ਵੀ ਬੱਚੇ ਜਾ ਰਹੇ ਨੇ। ਮੈਂ ਕਿਸੇ ਗੈਰ ਪੰਜਾਬੀ ਦੇ ਖਿਲਾਫ ਸੀਗਾ, ਉਦਾਂ ਆਉਣ ਜੀ ਸਭ ਕੇ ਕਮਾਈ ਕਰਨ, ਝੋਨਾ ਲਾਉਂਦੇ ਨੇ ਆਪਾਂ ਉਹਨਾਂ ਨੂੰ ਪੈਸੇ ਦਿੰਦੇ ਉਹ ਚੱਲ ਜਾਂਦੇ ਆ, ਝੋਨੇ ਵੇਲੇ ਫਿਰ ਲਾ ਲੈ, ਇਹ ਕੋਈ ਇਤਰਾਜ਼ ਨੀਗਾ। ਪਰ ਜੇ ਕਿਸੇ ਨੇ ਸਾਡੀ ਨੌਕਰੀ ਲੈਣੀ ਆ ਫਿਰ ਕੋਈ ਕਾਨੂੰਨ ਤਾਂ ਹੋਣਾ ਚਾਹੀਦਾ। ਔਰ ਇਹ ਕਾਨੂੰਨ ਦੋਸਤੋ ਇਕੱਲਾ ਹਿਮਾਚਲ ਚ ਨਹੀਂ, ਇਹ ਕਾਨੂੰਨ ਗੁਜਰਾਤ ਪ੍ਰਾਈਮ ਮਿਨਿਸਟਰ ਦੀ ਸਟੇਟ ਵਿੱਚ ਔਰ ਬੀਜੇਪੀ ਨੇ ਹੁਣ ਲਾਗੂ ਕੀਤਾ ਉੱਤਰਾਖੰਡ ਵਿੱਚ। ਪਰ ਮੇਰੇ ਬਾਰੇ ਭਗਵੰਤ ਨੇ ਕੀ ਕਿਹਾ, ਇੱਥੇ ਕੋਈ ਖਹਿਰਾ ਲੜਦਾ ਲੁੜਦਾ ਫਿਰਦਾ ਐਵੇਂ ਕੋਈ ਖਹਿਰਾ ਖੂਰਾ, ਇੱਕ ਤਾਂ ਇਹਨੂੰ ਬੋਲਣ ਦੀ ਤਮੀਜ਼ ਨਹੀਂ ਹੈ ਜੀ, ਦੂਸਰਾ ਖਹਿਰਾ ਇਹਦੇ ਬਰਾਬਰ ਦਾ ਇੱਕ MLA ਚੁਣਿਆ ਹੋਇਆ ਨੁਮਾਇੰਦਾ, ਤੁਸੀਂ ਦੇਖਿਆ ਵਿਧਾਨ ਸਭਾ ਚ ਕਿੱਦਾਂ ਬਾਜਵਾ ਸਾਹਿਬ ਵਗੈਰਾ ਨਾਲ ਲੜਦਾ ਇੱਥੇ ਫਿਰਦਾ। ਉਹ ਕਹਿੰਦਾ ਇੱਥੇ ਗੈਰ ਪੰਜਾਬੀ ਨਾ ਆਉਣ ਦਿਓ, ਸਾਡੇ ਵੀ ਬੱਚੇ ਬਾਹਰ ਜਾਂਦੇ ਨੇ ਕੈਨੇਡਾ ਅਮਰੀਕਾ ਅੰਗਰੇਜ਼ਾਂ ਕੋਲ ਨੌਕਰੀਆਂ ਕਰਦੇ। ਇਸ ਬੇਵਕੂਫ ਨੂੰ ਇੰਨਾ ਨਹੀਂ ਪਤਾ ਕਿ ਕੈਨੇਡਾ ਜਾਣ ਵਾਸਤੇ ਪਾਸਪੋਰਟ ਚਾਹੀਦਾ, ਉਹ ਸ਼ਰਤ ਹੀ ਹੈ ਨਾ, ਫਿਰ ਵੀਜ਼ਾ ਚਾਹੀਦਾ, ਫਿਰ ਜੇ PR ਰਹਿਣ ਦੀ ਫਾਈਲ ਲਾਉਣੀ ਆ 3-4 ਸਾਲ ਉੱਥੇ 100 ਸ਼ਰਤ ਪੂਰੀ ਕਰਕੇ ਉੱਥੇ ਪੂਰਾ ਦੇ ਕੇ ਅੰਡਰਟੇਕਿੰਗ ਹਲਫਨਾਮੇ ਦੇ ਕੇ ਫਿਰ ਤੁਹਾਨੂੰ 25-30 ਲੱਖ ਰੁਪਇਆ ਫੀਸ ਦੇ ਕੇ ਫਿਰ ਤੁਸੀਂ ਨਾਗਰਿਕ ਬਣਦੇ ਹੋ, ਬਿਨਾਂ ਸ਼ਰਤ ਬਣਾ ਦਿੰਦੇ ਨੇ। ਅੱਛਾ ਮੋਦੀ ਸਾਹਿਬ ਬੋਲ ਪਏ ਅਗਲੇ ਦਿਨ ਬਿਹਾਰ ਗਏ ਹੋਏ ਸੀ, ਬਿਹਾਰੀਆਂ ਦੀ ਰੈਲੀ ਸੀ, ਬਿਹਾਰੀਆਂ ਨੂੰ ਚੜਾਉਣ ਵਾਸਤੇ ਕਹਿੰਦੇ ਕਾਂਗਰਸ ਦਾ ਇੱਕ ਲੀਡਰ ਬੋਲਿਆ ਪੰਜਾਬ ਚੋਂ, ਬਿਹਾਰੀਓ ਕਾ ਬਹਿਸ਼ਕਾਰ ਕਰੋ, ਬਹਿਸ਼ਕਾਰ ਮਤਲਬ ਕਿ ਬੋਇਕਾਟ ਕਰੋ, ਬਿਹਾਰੀਆਂ ਨੂੰ ਉਨਕੋ ਘਰ ਨਹੀਂ ਲੈਣੇ ਦਿੱਤੇ ਪੰਜਾਬ ਨੇ। ਮੈਂ ਬਿਹਾਰ ਸ਼ਬਦ ਵਰਤਿਆ ਨਹੀਂ, ਨਾ ਮੈਂ ਬਹਿਸ਼ਕਾਰ ਕਿਹਾ, ਪ੍ਰਾਈਮ ਮਿਨਿਸਟਰ ਲੈਵਲ ਦਾ ਆਦਮੀ ਝੂਠ ਬੋਲ ਰਿਹਾ। ਔਰ ਜਦੋਂ ਬਿਹਾਰੀਆਂ ਨੂੰ ਕਹਿ ਰਿਹਾ ਸੀ ਕਿ ਤੁਹਾਨੂੰ ਵੜਨ ਨਹੀਂ ਦਿੱਤਾ ਜਾ ਰਿਹਾ, ਆਪਣੀ ਸਟੇਟ ਵਿੱਚ ਵੀ ਬਿਹਾਰੀ ਗੁਜਰਾਤ ਵਿੱਚ ਜਾ ਕੇ ਕੋਈ ਘਰ ਤੇ ਜ਼ਮੀਨ ਤੇ ਨੌਕਰੀ ਨਹੀਂ ਲੈ ਸਕਦੇ ਮੇਰੇ ਵੀਰੋ, ਕਿਸ ਲੈਵਲ ਦੇ ਝੂਠੇ ਬੰਦੇ ਨੇ। ਔਰ ਇੱਥੇ ਬਸ ਨਹੀਂ, ਮੋਦੀ ਸਾਹਿਬ ਜਦੋਂ ਸਾਡੇ ਤੇ ਇਲਜ਼ਾਮ ਲਾ ਰਹੇ ਸੀਗੇ ਉਹ ਭੁੱਲ ਗਏ ਕਿ ਉਹਨਾਂ ਦੀ ਸਰਕਾਰ BJP ਨੇ ਪੰਜਾਬ ਦੇ ਕਿਸਾਨਾਂ ਤੇ ਸਿੱਖ ਕੱਚ ਦੇ ਇਲਾਕੇ ਵਿੱਚੋਂ 1960 ਜਿਹੜੇ ਗਏ ਉੱਥੇ ਕਿਸਾਨ
ਉਹਨਾਂ ਨੂੰ ਉਹਨਾਂ ਦੀ ਜ਼ਮੀਨਾਂ ਦੀ ਮਲਕੀਅਤ ਖੋ ਲਈ ਆ। 1960 ਵਿੱਚ ਸਾਡੇ ਪ੍ਰਾਈਮ ਮਿਨਿਸਟਰ ਲਾਲ ਬਹਾਦੁਰ ਸ਼ਾਸਤਰੀ ਸੀਗੇ, ਜਿਹੜਾ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ। ਉਹਨਾਂ ਨੇ ਸੱਦਾ ਦਿੱਤਾ ਪੰਜਾਬ ਦੇ ਕਿਸਾਨਾਂ ਨੂੰ, ਕਿਉਂਕਿ ਖੇਤੀ ਆਪਣੀ ਮਾਰ ਸੀ। ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨੂੰ 1960 ਦੇ ਦਹਾਕੇ ਚ ਕਿ ਤੁਸੀਂ ਆਓ, ਸਾਡੇ ਕੋਲ ਕੱਚ ਇਲਾਕਾ ਬਹੁਤ ਵੱਡੇ ਜੰਗਲ ਪਏ ਨੇ, ਤੁਸੀਂ ਆਓ, ਤੁਹਾਨੂੰ 500-500 ਰੁਪਏ ਕਿੱਲਾ ਮੈਂ ਜ਼ਮੀਨ ਦਿੰਦਾ, ਤੁਸੀਂ ਇਹ ਜ਼ਮੀਨ ਨੂੰ ਆਬਾਦ ਕਰੋ ਤੇ ਸਾਡੇ ਕੱਚ ਗੁਜਰਾਤ ਵਿੱਚ ਵਸੋ, ਇੱਥੋਂ ਹਜ਼ਾਰਾਂ ਦੀ ਤਾਦਾਦ ਵਿੱਚ ਰੋਕੋ। ਕੋਈ ਕੱਚ ਦੇ ਇਲਾਕੇ ਵਿੱਚ ਲੋਕੀ ਚਲੇ ਗਏ, ਜ਼ਮੀਨਾਂ ਜੰਗਲ ਪੁੱਟੇ, ਮਿਹਨਤ ਕੀਤੀ, ਖੂਨ ਪਸੀਨਾ ਵਹਾ ਕੇ 2-3 ਪੁਸ਼ਤਾਂ ਲਾ ਕੇ ਜ਼ਮੀਨ ਆਬਾਦ ਹੋ ਗਈ। ਆ 4 ਸਾਲ ਪਹਿਲਾਂ, ਇਹ ਰਿਕਾਰਡ ਦੀ ਗੱਲ ਕਰ ਰਿਹਾ ਮੈਂ, 4 ਸਾਲ ਪਹਿਲਾਂ ਬੀਜੇਪੀ ਦੀ ਸਰਕਾਰ ਨੇ ਉਹਨਾਂ ਸਿੱਖ ਕਿਸਾਨਾਂ ਦੇ ਜਿਹੜੇ ਮਲਕੀਅਤ ਸੀ ਉਹ ਰੱਦ ਕਰ ਦਿੱਤੀ। ਉਹ ਵਿਚਾਰੇ ਨੱਠੇ ਪੰਜਾਬ ਚ ਆਏ ਸਾਡੇ ਕੋਲ, ਅਸੀਂ ਉਹਨਾਂ ਦਾ ਮਸਲਾ ਵਿਧਾਨ ਸਭਾ ਚੁੱਕਿਆ, ਉਹਨਾਂ ਨੇ ਹਾਈਕੋਰਟ ਅਹਿਮਦਾਬਾਦ ਮੂਵ ਕੀਤਾ, ਹਾਈਕੋਰਟ ਨੇ ਸਟੇ ਦਿੱਤਾ। ਬੀਜੇਪੀ ਦੀ ਸਰਕਾਰ ਇੰਨੀ ਬਦਲਾਖੋਰ ਸੀ, ਉਹਦੇ ਖਿਲਾਫ ਹਾਈਕੋਰਟ ਨੇ ਕਿਹਾ ਇਹਨਾਂ ਦੇ ਮਾਲਕੀ ਅਧਿਕਾਰ ਅਸੀਂ ਬਹਾਲ ਕਰਤੇ, ਉਹਦੇ ਖਿਲਾਫ ਸੁਪਰੀਮ ਕੋਰਟ ਚਲੀ ਗਈ। ਹੁਣ ਸੁਪਰੀਮ ਕੋਰਟ ਵਿੱਚ ਪੈਂਡਿੰਗ ਆ, ਪਰ ਬੀਜੇਪੀ ਨੇ ਤਾਂ ਕੋਈ ਕਸਰ ਨਹੀਂ ਛੱਡੀ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ, ਕਿਸਾਨਾਂ ਨੂੰ, ਪੰਜਾਬੀਆਂ ਨੂੰ ਉੱਥੇ ਰਹਿਣ ਨਹੀਂ ਦੇਣਾ। ਸਾਡੇ ਤੇ ਇਲਜ਼ਾਮ ਲਾਉਂਦੇ ਨੇ ਆਪ ਬਣੀ ਬਣਾਈ ਮਾਲਕੀ ਉਹਨਾਂ ਦੀ ਰੱਦ ਕਰੀ ਜਾਂਦੇ ਨੇ। ਇਸ ਕਰਕੇ ਆਪਣੀ ਲੜਾਈ 2 ਤਾਨਾਸ਼ਾਹਾਂ ਨਾਲ ਆ। ਇੱਕ ਤਾਨਾਸ਼ਾਹ ਉੱਪਰ ਬੈਠਾ ਦੇਸ਼, ਜਿਹੜਾ ਘੱਟ ਗਿਣਤੀਆਂ ਦਾ ਦੁਸ਼ਮਣ ਹੈ, ਜਿਹੜਾ ਕਿਸਾਨਾਂ ਨੂੰ ਕੁੱਟਦਾ, ਮਾਰਦਾ, ਗੋਲੀਆਂ ਹਰਿਆਣਾ ਪੁਲਿਸ ਤੋਂ ਮਰਵਾਉਂਦਾ, ਪ੍ਰੀਤਪਾਲ ਦੀਆਂ ਹੱਡੀਆਂ ਭਰਵਾਉਂਦਾ, ਇੱਕ ਤਾਨਾਸ਼ਾਹ ਉਹ ਉੱਪਰਲਾ, ਉਹ ਜਿਹੜਾ ਘੱਟ ਗਿਣਤੀਆਂ ਦੇ ਖਿਲਾਫ ਕਾਨੂੰਨ ਬਣਨੇ ਨੇ। ਦੇਖ ਕੇ 2024 ਚ ਬੀਜੇਪੀ ਆ ਗਈ। ਯਾਦ ਰੱਖਣਾ, ਸਿੱਖ, ਈਸਾਈ, ਮੁਸਲਮਾਨ, ਆਦਿਵਾਸੀ, ਇਹ ਸਾਰੀਆਂ ਜਾਤਾਂ ਤੇ ਪਤਾ ਨਹੀਂ ਸਾਡੇ ਕਿਹੜੇ ਕਿਹੜੇ ਅਧਿਕਾਰ ਖੋਣੇ। ਕਿਉਂਕਿ ਉੱਤਰਾਖੰਡ ਵਿੱਚ ਇੱਕ ਹੋਰ ਬਹੁਤ ਇੰਪੋਰਟੈਂਟ ਧਾਰਮਿਕ ਕਾਨੂੰਨ ਬਦਲ ਕੀਤਾ ਗਿਆ, ਉਸ ਦਾ ਨਾਮ ਹੈ ਯੂਨੀਫਾਰਮ ਸਿਵਲ ਕੋਡ। ਇੱਕ ਦੇਸ਼ ਇੱਕ ਟੈਕਸ, ਅਗਲਾ ਤੁਹਾਡਾ ਆ ਰਿਹਾ ਇੱਕ ਦੇਸ਼ ਇੱਕ ਧਾਰਮਿਕ ਕਾਨੂੰਨ। ਹਲੇ ਸਾਡਾ ਆਨੰਦ ਮੈਰਿਜ ਐਕਟ ਬਣਿਆ ਨੀ ਗਾ ਮੇਰੇ ਵੀਰੋ, ਹਲੇ ਤੱਕ ਸਾਡਾ ਕੋਈ ਕਾਨੂੰਨ ਨਹੀਂ ਗਾ, ਪਰ ਮੁਸਲਮਾਨਾਂ ਦਾ ਹੈਗਾ। 1937 ਦਾ ਮੁਸਲਿਮ ਪਰਸਨਲ ਲਾਅ, ਸ਼ਹਿਰੀਆ ਦਾ ਲਾਅ ਹੈ, ਜਿਹਦੇ ਹਿਸਾਬ ਦੇ ਨਾਲ ਉਹ ਆਪਣਾ ਨਿਕਾਹ ਅਲੱਗ ਕਰਦੇ ਨੇ, ਉਹਨਾਂ ਦੇ ਤਲਾਕ ਦੇ ਤਰੀਕੇ ਅਲੱਗ ਨੇ, ਉਹਨਾਂ ਦੀ ਜਾਇਦਾਦ ਦੇ ਤਰੀਕੇ ਅਲੱਗ ਨੇ, ਉਹਨਾਂ ਦਾ ਹਿਜਾਬ ਪਹਿਨਣਾ ਔਰਤਾਂ ਦਾ ਉਹ ਅਲੱਗ ਆ, ਉਹ ਵੀ ਉੱਠ ਜਾਣਾ ਵਿੱਚ ਹੀ, ਤੇ ਸਾਡਾ ਤਾਂ ਗਰੀਬ ਬਣਨਾ ਹੀ ਨੀਗਾ। ਹੌਲੀ ਹੌਲੀ ਫਿਰ ਕਹਿਣਗੇ ਇੱਕ ਦੇਸ਼ ਇੱਕ ਭਾਸ਼ਾ, ਹੌਲੀ ਹੌਲੀ ਫਿਰ ਕਹਿਣਗੇ ਇੱਕ ਦੇਸ਼ ਇੱਕ ਧਰਮ। ਇਸ ਲਈ ਇਸ ਜਮਾਤ ਤੋਂ ਆਪਾਂ ਬਚਣਾ। ਦੂਸਰਾ ਤਾਨਾ ਸ਼ਾਹ ਥੱਲਾ, ਇਹ ਆਪਣੇ ਵਾਲਾ ਜਿਹਨੂੰ ਤੁਸੀਂ 92 ਸੀਟਾਂ ਦੇ ਕੇ, ਇਹਨੇ ਕੀ ਕੀਤਾ, ਸਾਡੇ ਕਿਸਾਨਾਂ ਨੂੰ ਘੱਗਰ ਦਰਿਆ ਦੇ ਉੱਤੇ ਸਾਡੇ ਰਕਬੇ ਵਿੱਚ ਆਣ ਕੇ ਕੁੱਟਿਆ। ਹਰਿਆਣਾ ਪੁਲਿਸ ਨੇ ਆਪਣੇ ਰਕਬੇ 'ਚ ਨਹੀਂ ਕੁੱਟਿਆ, ਇਹ ਸਾਡੀ ਧਰਤੀ 'ਤੇ ਇਹ ਮੁੱਖ ਦਰਸ਼ਕ ਬਣ ਕੇ ਬੈਠਾ, ਸਾਡੇ ਟਰੈਕਟਰ ਭੰਨਤੇ, ਸਾਡਾ ਸ਼ੁਕਰਨ ਮਾਰਤਾ, ਸਾਡਾ ਪ੍ਰੀਤਪਾਲ ਕੁੱਟਤਾ, ਕੋਈ ਐਕਸ਼ਨ ਨਹੀਂ। ਇਹ ਪਹਿਲਾ ਜੁਆਇੰਟ ਆਪਰੇਸ਼ਨ ਸੀ ਬੀਜੇਪੀ ਦਾ ਤੇ ਭਗਵੰਤ ਮਾਨ ਦਾ। ਅੱਛਾ, NSA ਦੂਸਰਾ ਜੁਆਇੰਟ ਆਪਰੇਸ਼ਨ, ਭਾਈ ਅੰਮ੍ਰਿਤਪਾਲ ਔਰ ਸਾਥੀਆਂ ਨੂੰ NSA ਲਾ ਕੇ ਡਿਬਰੂਗੜ੍ਹ ਦੀਆਂ ਜੇਲ੍ਹਾਂ ਵਿੱਚ ਭੇਜਣਾ ਹੁਕਮ ਭਗਵੰਤ ਮਾਨ ਨੇ ਕੀਤੀ, ਹਜ਼ਾਰਾਂ ਕਿਲੋਮੀਟਰ ਦੂਰ ਮੇਰੇ ਵੀਰੋ ਭੈਣੋ ਉਹਨਾਂ ਨੂੰ ਭੇਜ ਦਿੱਤਾ। ਇਹ ਆਦਮੀ ਆਪਣਾ ਨਹੀਂ ਗਾ, ਇਹ ਜਿਹੜੇ 92 ਨੇ, ਇੱਕ ਮਿੰਟ, ਇਹ ਜਿਹੜੇ 92 ਨੇ ਇਹਨਾਂ ਦਾ ਪੇ ਕੇਜਰੀਵਾਲ ਆ। ਇਹਨਾਂ ਦੇ MLA ਨੇ ਕਈ ਵਾਰੀ ਕੈਮਰਿਆਂ ਦੇਖਿਆ ਕਿ ਸਾਡਾ ਪਿਓ ਕੇਜਰੀਵਾਲ ਆ, ਪਰ ਪੰਜਾਬ ਜਨਤਾ ਜਾਣਦੀ ਆ ਕਿ ਪੰਜਾਬ ਦੇ ਜਿਹੜਾ ਆਪਣਾ ਜਿਹੜਾ ਜਿਹਨੂੰ ਅਸੀਂ ਆਪਣਾ ਪੇ ਮੰਨਦੇ ਹਾਂ, ਉਹ ਸਾਡਾ ਪੇ ਬਾਜਾ ਵਾਲਾ ਵਾ, ਉੱਪਰ ਬੈਠਾ
ਜਿਹੜਾ ਸਾਰੇ ਸਰਬੰਸ ਦਾ ਦਾਨ ਕਰਕੇ ਗਿਆ। ਇਸ ਲਈ ਇਹਨਾਂ ਵਿੱਚ ਤੇ ਆਪਣੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਇੱਥੇ ਇੱਥੇ ਸਿੱਧੂ ਮੂਸੇਵਾਲਾ ਮਾਰ ਦਿੱਤਾ ਗਿਆ, 2 ਸਾਲ ਹੋ ਗਏ ਉਹਦਾ ਮਾਂ ਪਿਓ ਧੱਕੇ ਖਾ ਰਹੇ ਨੇ। ਬਲਕੌਰ ਸਿੰਘ ਹੋਣੀ ਗੈਂਗਸਟਰ ਜਿਹਨਾਂ ਨੇ ਮਾਰਿਆ, ਅੰਦਰ ਜੇਲ੍ਹਾਂ 'ਚ ਬੈਠੇ ਇੰਟਰਵਿਊ ਦੇ ਰਹੇ ਨੇ। ਇੱਥੇ ਤੁਹਾਡੇ ਲਾਗੇ ਗੁਜਰਾ ਪਿੰਡ ਵਿੱਚ 25 ਬੰਦੇ ਗਰੀਬ ਦਲਿਤ ਸ਼ਰਾਬ ਜਾਲੀ ਪੀ ਕੇ ਮਰ ਗਏ, ਕੋਈ ਬਾਨਵਿਆਂ ਚੋਂ ਨਹੀਂ ਬੋਲਿਆ, ਕਿਸੇ ਦਾ ਇਨਸਾਫ ਨਹੀਂ ਹੋਇਆ। ਆਹ ਧੂਰੀ ਦੀ ਖੰਡ ਮਿਲ ਹੋ ਗਈ ਚੀਫ ਮਿਨਿਸਟਰ ਦੇ ਆਪਣੇ ਇਲਾਕੇ 'ਚ, ਆਹ ਤੁਹਾਡੇ ਲਾਗੇ ਨੀਂਹ ਪੱਥਰ ਰੱਖਿਆ ਮਸਤਵਾਣਾ ਸਾਹਿਬ ਦਾ ਮੈਡੀਕਲ ਕਾਲਜ ਦਾ, ਇਹਦੇ ਨਾਲ ਦੇ 15 ਹੋਰ ਰੱਖੇ ਨੇ, 15 ਦੇ 15 ਨੀਂਹ ਪੱਥਰ ਰਹੇ ਨੇ। ਇਸ ਕਰਕੇ ਆਪਣੀ 2 ਤਾਨਾਸ਼ਾਹਾਂ ਨਾਲ ਇਲਾਵਾ ਲੜਾਈ ਪਾਓ, ਵੋਟ ਤਕੜੇ ਹੋ ਕੇ ਇਹਨਾਂ ਦਾ ਦਿਮਾਗ ਟਿਕਾਣੇ ਕਰੋ। ਅਗਰ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਹਰਾਓਗੇ, ਇੱਕ ਗੱਲ ਯਾਦ ਰੱਖੋ, ਇਹ ਬੰਦਿਆਂ ਵਾਂਗੂ ਕੰਮ ਕਰਨਗੇ, ਬਕਾਇਆ ਟਾਈਮ ਤੁਹਾਡੇ ਘਰਾਂ 'ਚ ਆਉਣਗੇ, ਤੁਹਾਡੀਆਂ ਮਿੰਨਤਾਂ ਕੱਢਣਗੇ। ਇਸ ਵੇਲੇ ਤਾਂ ਹਵਾ 'ਚ ਉੱਡ ਗਏ ਨੇ ਇਹ, ਆਹ ਭਗਵੰਤ ਮਾਨ ਦੀ ਤਾਂ ਬੋਡੀ ਲੈਂਗੁਏਜ ਹੀ ਬਦਲ ਗਈ ਹੈ। ਅੱਛਾ, ਏਡਾ ਵੱਡਾ ਪਿੰਡ ਹੈ ਠੀਕਰੀਵਾਲ, ਕਦੀ ਇਹ ਆਮ ਜਨਤਾ ਦੀ ਕਚਹਿਰੀ ਵਿੱਚ ਕਿਤੇ ਪੰਜਾਬ 'ਚ ਜਾਂਦਾ ਦੇਖਿਆ? 1000 ਗਨਮੈਨ ਲੈ ਕੇ ਆ ਗੱਡੀ 'ਚ ਚੜ੍ਹਦਾ, ਉਹ ਜਿਹੜਾ ਧਿਆਨ ਨਾਲ ਦੇਖਿਆ ਕਰੋ, ਉਹ 1000 ਜਿਹੜਾ ਰੋਡ ਸ਼ੋਅ ਕਰ ਰਿਹਾ ਉਹ ਸਾਰਾ ਪੁਲਿਸ ਵਾਲਾ ਹੀ ਆ। ਉਹਨਾਂ ਨੂੰ ਫੁੱਲ ਦਿੰਦੇ ਤਾਂ ਉਹੀ ਇਹਦੇ ਮੂੰਹ ਤੇ ਫੁੱਲ ਮਾਰੀ ਜਾਂਦੇ ਆ ਤੇ ਗੱਡੀ ਤੁਰਿਆ ਜਾਂਦਾ ਵਾ। ਇਸ ਕਰਕੇ ਕੱਟਿਆ ਹੋਇਆ ਲੀਡਰ ਹੋ ਗਿਆ ਹੈ। ਜਿਹੜਾ ਬੰਦਾ ਕਹਿੰਦਾ ਹੁੰਦਾ ਸੀ ਅਸੀਂ ਤਾਂ ਪੈਂਚਰਾਂ ਵਾਲੇ ਨੂੰ ਲਿਆਵਾਂਗੇ ਜੀ, ਅਸੀਂ ਤਾਂ ਰੇਹੜੀਆਂ ਵਾਲੇ, ਰਾਜ ਸਭਾ ਦਾ ਮੈਂਬਰ ਕੌਣ ਬਣਾਇਆ? ਜਲੰਧਰ ਦਾ ਲਵਲੀ ਯੂਨੀਵਰਸਿਟੀ ਦਾ ਮਾਲਕ ਅਸ਼ੋਕ ਮਿੱਤਲ, 650 ਕਿੱਲੇ 'ਚ ਯੂਨੀਵਰਸਿਟੀ ਆ, ਉਹ ਆਮ ਆਦਮੀ ਪਾਰਟੀ ਦਾ MP। ਆ ਮੇਰੇ ਪਿੱਛੇ ਲੁਧਿਆਣੇ 'ਚ ਸੰਜੀਵ ਅਰੋੜਾ ਬਿਲਡਰ ਕੋਲੋਨਾਈਜ਼ਰ, ਦਿੱਲੀ ਰਹਿੰਦਾ, ਜਿਨ੍ਹਾਂ ਦਾ ਕੋਈ ਸਰੋਕਾਰ ਨਹੀਂ, ਨਾ 92 ਬੋਲੇ ਨਾ 7 ਬੋਲੇ। ਇਸ ਕਰਕੇ ਇਹ ਪੰਜਾਬ ਦਾ ਦੁਖਾਂਤ ਆ। 70,000 ਕਰੋੜ ਦਾ ਕਰਜ਼ਾ ਚੜ੍ਹਤਾ ਤੇ ਤੁਹਾਡੇ ਪਿੰਡ ਦੀ ਫਿਰ ਨਹੀਂ ਬਣਾ ਸਕਿਆ, ਉਹ ਕਿੱਥੇ ਗਏ ਪੈਸੇ ਸਾਡੇ? ਸਾਰਾ ਇਸ਼ਤਿਹਾਰਬਾਜ਼ੀ, ਉਹ ਤਾਮਿਲਨਾਡੂ ਤੱਕ, ਕੇਰਲਾ ਤੱਕ, ਪਤਾ ਨਹੀਂ ਬੈਂਗਲੌਰ ਤੱਕ ਜਹਾਜ਼ ਆ, ਏਅਰਪੋਰਟਾਂ ਦੇ ਉੱਤੇ ਵੱਡੇ ਵੱਡੇ ਇਲੈਕਟ੍ਰੋਨਿਕ ਬੋਰਡ ਲਾਏ ਹੋਏ ਨੇ ਮੇਰੇ ਵੀਰੋ। ਇਸ ਕਰਕੇ ਮੈਂ ਤੁਹਾਨੂੰ ਕਹਿਣਾ ਆ ਕਿ ਤੁਸੀਂ ਇੱਕ ਵਕੀਲ ਭੇਜਣਾ ਵਾ ਪਾਰਲੀਮੈਂਟ 'ਚ, ਤੁਸੀਂ ਦੇਖਣਾ ਵਾ ਕਿ ਬੋਲਣ ਵਾਲਾ ਵਕੀਲ ਭੇਜਣਾ, ਕੋਈ ਇਸ ਤਰ੍ਹਾਂ ਦਾ ਬੰਦਾ ਭੇਜਣਾ ਜਿਹੜਾ ਨਿਡਰ ਹੋਵੇ, ਜਿਹੜਾ ਵਿਕਾਊ ਨਾ ਹੋਵੇ, ਜਾਂ ਉਹ ਬੰਦਾ ਭੇਜਣਾ ਜਿਹੜਾ ਬੇਈਮਾਨ ਹੋਵੇ, ਜਿਹਨੂੰ ਪੰਜਾਬ ਦੇ ਨਾਲ ਕੋਈ ਪਿਆਰ ਨਹੀਂ, ਜਿਹੜਾ ਕਮਜ਼ੋਰ ਦਿਲ ਦਾ, ਕਮਜ਼ੋਰ ਲੱਤਾਂ ਦਾ। ਕਿਉਂਕਿ ਅਗਰ BJP ਦੀ ਸਰਕਾਰ ਬਣ ਗਈ ਤੇ ਲੱਤਾਂ ਵਿੱਚ ਬਹੁਤ ਜਾਨ ਚਾਹੀਦੀ ਉੱਥੇ ਖੜ ਕੇ ਬੋਲਣ ਵਾਸਤੇ। ਸਾਹਮਣੇ ED ਤੇ CBI ਖੜੀ ਕੀਤੀ ਉਹਨਾਂ ਨੇ। ਪਾਰਲੀਮੈਂਟ ਵਿੱਚ ਤੁਸੀਂ ਦੇਖ ਲੈਣਾ, ਆਉਣ ਵਾਲੇ ਸਮੇਂ 'ਚ ਚੰਦ ਬੰਦੇ ਹੀ ਬੋਲਿਆ ਕਰਨਗੇ ਜੋ ਸਾਡੇ ਦੇਸ਼ ਦਾ ਵਾਅਦਾ ਕਰਨ। ਸੋ ਮੈਂ ਸਮਾਂ ਇਜਾਜ਼ਤ ਨਹੀਂ ਦਿੰਦਾ, ਮੇਰੇ ਕੋਲ ਬਹੁਤ ਕੁਛ ਹੈ ਕਹਿਣ ਨੂੰ, ਮੇਰੇ ਕੋਲ ਹੋਰ। ਪਾਕਿਸਤਾਨ ਦਾ ਬਾਰਡਰ ਖੁੱਲ੍ਹਣਾ ਚਾਹੀਦਾ, ਮੈਂ ਕਹਿੰਦਾ ਖੁੱਲ੍ਹਣਾ ਚਾਹੀਦਾ ਵਪਾਰ ਦਾ, BJP ਦੇ ਭਗਵੰਤ ਕਹਿੰਦੇ ਨਹੀਂ ਖੁੱਲ੍ਹਣਾ ਚਾਹੀਦਾ। ਉਹ ਲੰਬੀਆਂ ਗੱਲਾਂ ਨੇ, ਪਾਣੀ ਧਰਤੀ ਥੱਲਾ ਕਿੱਦਾਂ ਬਚ ਸਕਦਾ, ਮੇਰੇ ਕੋਲ ਉਸਦਾ ਇੱਕ ਇਲਾਜ ਹੈ। ਮੈਂ ਉਸ ਇਲਾਜ ਨੂੰ ਪਾਰਲੀਮੈਂਟ ਵਿੱਚ ਤੁਹਾਡੇ ਸਾਹਮਣੇ, ਕਿਉਂਕਿ ਸਾਡੀ ਜ਼ਮੀਨ ਦਾ ਪਾਣੀ 14 ਲੱਖ ਟਿਊਬਲ ਨੇ ਕੱਢ ਕੇ ਅਸੀਂ ਰੈੱਡ ਜ਼ੋਨ 'ਚ ਹਾਂ ਸੰਗਰੂਰ। ਕੈਂਸਰ ਬਹੁਤ ਜ਼ਿਆਦਾ ਸਾਡੇ ਪਿੰਡਾਂ ਦੇ ਵਿੱਚ, ਜਿਹੜਾ ਘੱਗਰ ਦਰਿਆ, ਜਿਹੜਾ ਸਤਲੁਜ, ਜਿਹੜਾ ਬਿਆਸ, ਇਹ ਜਦੋਂ ਪੰਜਾਬ ਵਿੱਚ ਨਹੀਂ ਨਿਕਲ ਰਿਹਾ, ਸਾਰਾ ਫੈਕਟਰੀਆਂ ਦਾ ਕਾਲਾ ਗੰਦ ਪਾਣੀ, ਪੋਇਜ਼ਨਸ ਇੰਡਸਟਰੀਅਲ ਵੇਸਟ ਜ਼ਹਿਰ, ਉਹ ਸਾਡੇ ਦਰਿਆਵਾਂ ਦੇ ਵਿੱਚ ਆ ਕੇ ਨੀਚੇ ਜਦੋਂ ਜਾਂਦਾ, ਉਹੀ ਪਾਣੀ ਸਾਡੇ ਜਦੋਂ ਲੋਕ ਪੀਂਦੇ ਨੇ, ਉਹ ਕੈਂਸਰ ਨਾਲ ਮਰ ਰਹੇ ਨੇ। ਤੇ ਕੈਂਸਰ ਤੁਹਾਨੂੰ ਪਤਾ ਵਾ ਕਿ ਜਿਹੜੇ ਘਰ 'ਚ ਕੈਂਸਰ ਆ ਗਿਆ, ਸਮਝ ਲਓ 5, 7, 10, 15, 20, 25, 50 ਲੱਖ ਹੈ ਨੀਗਾ, ਉਹ ਕਰਜ਼ਾ ਚੜ੍ਹਨਾ ਹੀ ਚੜ੍ਹਨਾ ਮੇਰੇ ਵੀਰੋ। ਸੋ ਇਹ ਇਸ਼ੂਜ਼ ਕਦੀ ਨੇ ਟੇਕਅਪ ਨਹੀਂ ਕੀਤੇ। ਮੈਂ ਪ੍ਰਣ ਕਰਦਾ ਤੁਹਾਡੇ ਨਾਲ ਕਿ ਮੈਂ ਪੰਜਾਬ ਦੇ ਗਰੀਬਾਂ ਦੇ, ਕਿਰਤੀਆਂ ਦੇ, ਕਾਮਿਆਂ ਦੇ, ਸਭ ਦੇ ਸਾਂਝੇ ਮੁੱਦੇ ਉਸ ਲੋਕ ਸਭਾ ਵਿੱਚ ਅਵਸ਼ ਚੱਕਿਆ ਕਰੂੰਗਾ। ਔਰ ਤੁਸੀਂ ਕੁਛ ਨਹੀਂ ਕਰਨਾ, ਤੁਸੀਂ ਮੇਰੇ 'ਤੇ ਸਿਰਫ ਭਰੋਸਾ ਰੱਖਣਾ
ਮੈਂ ਤੁਹਾਡੀ ਆਵਾਜ਼ ਉਸ ਲੋਕ ਸਭਾ ਚ ਬੁਲੰਦ ਕਰੂੰਗਾ, ਤੁਹਾਡਾ ਭਰੋਸਾ ਟੁੱਟਣ ਨਹੀਂ ਦਊਂਗਾ। ਇਹ ਮੇਰਾ ਤੁਹਾਡੇ ਨਾਲ ਰਹਿੰਦਾ। ਫਿਰ ਅਪੀਲ ਮੈਂ ਕਰਦਾ ਸਭ ਨੂੰ ਕਿ ਅੱਜ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਵੋਟ ਪਾ ਕੇ ਦੇਖੋ, ਕਿਉਂਕਿ ਮੈਂ ਤਾਂ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਕੰਮ ਕਰਕੇ ਦਿਖਾ ਦਿੱਤਾ ਵਾ। ਕਾਂਗਰਸ ਵਿੱਚ ਹੋ ਕੇ ਐਨਐਸਏ ਦੇ ਖਿਲਾਫ਼ ਬੋਲਣਾ, ਬੰਦੀ ਸਿੰਘਾਂ ਦੇ ਹੱਕ ਵਿੱਚ ਬੋਲਣਾ, ਇਹ ਤਾਂ ਅਕਾਲੀ ਨਹੀਂ ਬੋਲ ਪਾ ਰਹੇ। ਅੱਜ ਮੈਂ ਕਾਨੂੰਨ ਕਹਿ ਰਿਹਾ, ਇਹ ਮੇਰੀ ਜ਼ਿੰਮੇਵਾਰੀ ਨਹੀਂ ਸੀਗੀ ਆਪਣੇ ਗੈਰ ਪੰਜਾਬੀਆਂ ਦਾ ਇੱਥੇ ਕੋਈ ਕਾਨੂੰਨ ਬਣਾਉਣਾ, ਇਹ ਤਾਂ ਅਕਾਲੀ ਦਲ ਦੀ ਜ਼ਿੰਮੇਵਾਰੀ ਸੀਗੀ, ਪਰ ਕੀਤਾ ਕਰ ਮੈਂ ਰਿਹਾ ਵਾਂ। ਇਸ ਕਰਕੇ ਮੇਰੀ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਅਪੀਲ ਹੈ ਕਿ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਮੈਨੂੰ ਵੋਟ ਪਾਓ। ਅਤੇ ਮੈਂ ਜਦੋਂ ਆਹ ਨਿਸ਼ਾਨ ਤਾਂ ਮੇਰਾ ਕਾਂਗਰਸ ਦਾ ਹੀ ਰਹਿਣਾ ਵਾ ਪੰਜਾਬ, ਪਰ ਜਦੋਂ ਮੈਂ ਮੈਂਬਰ ਬਣ ਜੂਗਾ ਮੈਂ ਫਿਰ ਤੁਹਾਨੂੰ ਯਕੀਨ ਦਵਾਉਣਾ ਕਿ ਲੋਕ ਸਭਾ ਵਿੱਚ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਸੰਗਰੂਰ ਅਤੇ ਪੰਜਾਬ ਦੇ ਕੰਮ। ਇੰਨੀਆਂ ਬੇਨਤੀਆਂ ਪ੍ਰਵਾਨ ਕਰੋ, ਨਾਰੇ ਛੱਡ ਦਿਆਂ। ਸ਼ਹੀਦ ਸੇਵਾ ਸਿੰਘ ਜੀ ਠੀਕਰੀਵਾਲ, ਸ਼ਹੀਦ ਸੇਵਾ ਸਿੰਘ ਜੀ ਠੀਕਰੀਵਾਲ, ਕਿਸਾਨ ਮਜ਼ਦੂਰ ਏਕਤਾ, ਕਿਸਾਨ ਮਜ਼ਦੂਰ ਏਕਤਾ। ਧਨੌਲਾ ਦੇ ਇਸ ਖੂਬਸੂਰਤ ਇਕੱਠ ਵਿੱਚ ਕੀਤੇ ਸਾਰੀ ਸਰਕਾਰੀਓ ਹਾਜ਼ਰੀਨ, ਸਾਡੇ ਦੁਕਾਨਦਾਰ ਵੀਰ, ਵਪਾਰੀ ਵੀਰ, ਕਿਸਾਨ ਵੀਰ, ਖੇਤ ਮਜ਼ਦੂਰ, ਕਿਰਤੀ ਕਾਮੇ, ਮੀਡੀਆ, ਸਾਡੇ ਸਟੇਜ ਉੱਪਰ ਸੁਸ਼ੋਭਿਤ ਲੀਡਰਸ਼ਿਪ, ਮਨੀਸ਼ ਬਾਂਸਲ ਜੀ, ਕਾਲਾ ਢਿੱਲੋਂ ਜੀ, ਬਾਲਾ ਜੀ ਬਲਾਕ ਪ੍ਰੈਜ਼ੀਡੈਂਟ, ਅਜੇ ਬਹੁਤ ਹੋਣਹਾਰ ਅੱਛਾ ਗੁਬਾਰਾ, ਗੁਰੀ ਭੱਠਲ ਜੀ, ਬੱਕਰ ਸ਼ਰਮਾ ਜੀ, ਮਹੇਸ਼ ਗੁਰਤਾ ਜੀ, ਦਰਜਾ ਬਦਰਜਾ ਹੋਰ ਸਾਡੇ ਬੜੇ ਭਰਪੂਰ ਸਿੰਘ ਜੀ ਜਿਹਨਾਂ ਨੇ ਬਹੁਤ ਮਿਹਨਤ ਕਰਕੇ ਇਹ ਪ੍ਰੋਗਰਾਮ ਆਰਗਨਾਈਜ਼ ਕੀਤਾ। ਪਹਿਲਾਂ ਖਤੇ ਪ੍ਰਵਾਨ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਅੱਛਾ ਪਹਿਲਾਂ ਇਹ ਦੱਸੋ, ਤੁਸੀਂ ਮੇਰਾ ਜ਼ਰੂਰ ਕੋਈ ਜੋਰ ਲਾਉਣਾ, ਮੈਂ ਸਵੇਰ ਤੋਂ ਲੈ ਕੇ ਥੱਕਿਆ ਪਿਆ, ਗਰਮੀ ਬੁਰੀ ਹਾਲਤ, ਤੁਸੀਂ ਵੀ ਦੋ ਤਿੰਨ ਘੰਟਿਆਂ ਦੇ ਬੈਠੇ ਹੋ, ਗਲਾ ਮੇਰਾ ਬੈਠਾ। ਅੱਛਾ ਜਾਣਦੇ ਤੁਸੀਂ ਸਭ ਕੁਛ ਹੋ, ਤੁਸੀਂ ਵੀ ਸਵਾਦ ਲੈਣਾ ਚਾਹੁੰਦੇ ਹੋ, ਦੇਖੀ ਖੇਰਾ ਕੀ ਬੋਲ ਕੇ ਦਿੰਦਾ, ਪਤਾ ਤੁਹਾਨੂੰ ਸਭ ਕੁਛ ਹੈਗਾ ਵਾ, ਕਿਉਂਕਿ ਤੁਸੀਂ ਹੱਕ ਦਿੱਤੀ ਹੈ। ਖੈਰੇ ਨੂੰ ਤਾਂ ਫਿਰ ਵੀ ਕਿਤੇ ਸੇਕ ਘੱਟ ਲੱਗੇਗਾ, ਪਰ ਜ਼ਿਆਦਾ ਸੇਕ ਗਰੀਬਾਂ ਨੂੰ ਕੋਈ ਵੀ ਸਰਕਾਰ ਗਲਤ ਨੀਤੀ ਬਣਾਉਂਦੀ ਹੈ, ਕੋਈ ਸਰਕਾਰਾਂ ਕੋਈ ਵੀ ਜਦੋਂ ਕੋਈ ਇਸ ਤਰ੍ਹਾਂ ਦਾ ਕਾਨੂੰਨ ਬਣਾਉਂਦੇ ਆ ਉਹਦਾ ਸਿੱਧਾ ਸਿੱਧਾ ਅਸਰ ਆਮ ਜਨਤਾ ਤੇ ਪੈਂਦਾ। ਜਿਵੇਂ ਕਿ ਹੁਣੇ ਜ਼ਿਕਰ ਕੀਤਾ ਕਿ ਮੋਦੀ ਸਾਹਿਬ ਨੇ ਸਾਡੇ ਕਿਸਾਨਾਂ ਨਾਲ ਬਹੁਤ ਅਨਿਆਏ ਕਰਿਆ ਕੀਤਾ। ਦੋਸਤੋ, ਪੰਜਾਬ ਉਹ ਧਰਤੀ ਆ ਬਹਾਦਰਾਂ ਦੀ ਜਿਹੜੀ ਸਦਾ ਹੀ ਮਨੁੱਖਤਾ ਲਈ ਖੜਦੀ ਹੈ। ਸਾਡੇ ਨੌਵੇਂ ਪਿਤਾ ਗੁਰੂ ਤੇਗ ਬਹਾਦਰ, ਉਹਨਾਂ ਨੂੰ ਹਿੰਦ ਦੀ ਚਾਦਰ ਦਾ ਖਿਤਾਬ ਮਿਲਿਆ। ਕੋਈ ਦੁਨੀਆਂ 'ਚ ਇਤਿਹਾਸ ਕੱਢ ਕੇ ਦਿਖਾ ਦਿਓ ਮੈਨੂੰ ਜਿਹੜਾ ਕਿਸੇ ਮਨੁੱਖਤਾ ਦੀ ਸਿਰ ਕਲਮ ਕਰਾ ਲਿਆ ਹੋਵੇ, ਕਿਤੇ ਨਹੀਂ ਲੱਭੂਗਾ ਤੁਹਾਨੂੰ। ਇਸ ਕਰਕੇ ਉਸ ਤੋਂ ਬਾਅਦ ਵੀ ਸਾਡੇ ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਲਈ ਬਹੁਤ ਲੜਾਈ ਲੜੀ। ਭਗਤ ਸਿੰਘ ਦੀ ਕੁਰਬਾਨੀ ਨਾਮਿਸਾਲ, ਭਗਤ ਸਿੰਘ, ਰਾਜਗੁਰੂ, ਸੁਖਦੇਵ, ਸ਼ਹੀਦ ਊਧਮ ਸਿੰਘ, ਜਰਨੈਲ ਸਿੰਘ ਇਸਰੂ, ਇੱਕ ਕਤਾਰ ਬਣੀ ਹੋਈ ਆ ਜਿਹਨਾਂ ਨੇ ਫਾਂਸੀ ਦੇ ਰੱਸੇ ਚੁੰਮੇ, ਕਾਲੇ ਪਾਣੀਆਂ ਦੀ ਸਜ਼ਾਵਾਂ ਕੱਟੀਆਂ, ਇਸ ਦੇਸ਼ ਨੂੰ ਆਜ਼ਾਦ ਕੀਤਾ। ਆਪਣੇ ਲਾਗੇ ਮਲੇਰਕੋਟਲਾ ਕੂਕਾ ਲਹਿਰ ਦਾ ਉਹ ਬੜਾ ਇੱਕ ਸਥਾਨ ਬਣਿਆ ਹੋਇਆ ਜਿੱਥੇ ਕੂਕਿਆਂ ਨੇ ਬਹੁਤ ਵੱਡੀ ਕੁਰਬਾਨੀ ਦਿੱਤੀ। ਉਹ ਤੁਸੀਂ ਜਾਣਦੇ ਹੋ ਸਾਰੇ ਕਿ ਇੱਕ ਬੱਚਾ ਜਿਹੜਾ ਸੀਗਾ ਉਹਦਾ ਕੱਦ ਕਾਟ ਛੋਟਾ ਸੀ ਕੂਕਾ ਕੂਕਾ ਬਰਾਦਰੀ ਵਿੱਚੋਂ, ਤੇ ਉਹਨੇ ਅੰਗਰੇਜ਼ਾਂ ਨੇ ਉਹਨੂੰ ਮਨਾ ਕਰਤਾ ਕਿ ਤੂੰ ਪਿੱਛੇ ਤੇਰੇ ਤੈਨੂੰ ਤੋਪ ਦੇ ਅੱਗੇ ਨਹੀਂ ਬੰਨਿਆ ਜਾ ਸਕਦਾ। ਉਹਨੇ ਅੱਗੇ ਇੱਟਾਂ ਰੱਖ ਕੇ ਆਪਣੇ ਆਪ ਨੂੰ ਉੱਚਾ ਕਰਕੇ ਉਹਨੇ ਕਿਹਾ ਮੇਰਾ ਵੀ
ਫਰਜ਼ ਬਣਦਾ ਇਸ ਦੇਸ਼ ਵਾਸਤੇ ਕੁਰਬਾਨੀ। ਇੱਦਾਂ ਦੀਆਂ ਕੁਰਬਾਨੀਆਂ ਕਿੱਥੇ ਨੇ, ਕਿੱਥੇ ਨਹੀਂ ਗਈਆਂ, ਕਿਸੇ ਹੋਰ ਸੂਬੇ ਚ ਨੇ? ਮਾਫ ਕਰਨਾ ਚੰਗਾ ਨਹੀਂ ਲੱਗਦਾ। ਬੀਜੇਪੀ ਦੇ ਵੱਡੇ ਵੱਡੇ ਲੀਡਰ ਦੇਸ਼ ਦੀ ਆਜ਼ਾਦੀ ਵਿੱਚ ਅੰਗਰੇਜ਼ਾਂ ਕੋਲ ਲੇਕਿਨ ਮਾਫੀਆ ਮੰਗ ਕੇ ਬਾਹਰ ਆਏ ਹੋਏ ਨੇ। ਜਦੋਂ ਐਮਰਜੈਂਸੀ ਵੀ ਲੱਗੀ ਦੇਸ਼ ਦੇ ਬੀਜੇਪੀ ਦੇ ਆਰਐਸਐਸ ਦੇ ਵੱਡੇ ਵੱਡੇ ਲੀਡਰ ਉਸ ਵਕਤ ਦੀ ਸਰਕਾਰ ਕੋਲ ਲਿਖਤੀ ਮਾਫੀ ਮੰਗ ਕੇ ਜੇਲ੍ਹਾਂ ਚੋਂ ਬਾਹਰ ਆਏ ਹੋਏ ਨੇ। ਪਿਆਰ ਦਾ ਏਡੇ ਬਹਾਦਰਾਂ ਦੀ ਧਰਤੀ, ਇਹਨਾਂ ਨਾਲ ਤਾਂ ਵੈਸੇ ਵੀ ਅਨਿਆਏ ਕਰਨਾ ਚਾਹੀਦਾ। ਆਜ਼ਾਦੀ ਲੈ ਕੇ ਦਿੱਤੀ ਤਾਂ ਪੰਜਾਬ ਦਾ ਰੋਲ, ਆਜ਼ਾਦੀ ਤੋਂ ਬਾਅਦ ਜੇ ਅਨਾਜ ਦਾ ਭੰਡਾਰ ਸਾਡਾ ਸਾਰਾ ਕਿਸੇ ਨੇ ਭਰਿਆ ਤਾਂ ਪੰਜਾਬ ਦੇ ਬਹਾਦਰ ਕਿਸਾਨਾਂ ਦਾ, ਖੇਤ ਮਜ਼ਦੂਰਾਂ ਦਾ ਰੋਲ। ਅੱਜ ਬਾਰਡਰਾਂ ਦੇ ਉੱਤੇ ਕੋਈ ਰਾਖੀ ਕਰ ਰਿਹਾ ਤੁਹਾਡੀ, ਆਪਣੇ ਦੇਸ਼ ਦੀ ਚੀਨ ਔਰ ਪਾਕਿਸਤਾਨ ਦੇ ਬਾਰਡਰ ਤੇ, ਉਹ ਆ ਸਾਰੇ ਜਿੰਨਾ ਤੁਸੀਂ ਇੱਥੇ ਖੜੇ ਹੋ ਸਾਡੇ ਸਤਿਕਾਰਯੋਗ ਇਸ ਕੱਚ ਵਿੱਚ, ਤੁਹਾਡੇ ਬੱਚੇ ਕਰ ਰਹੇ ਨੇ। ਥੋੜੇ ਦਿਨ ਪਹਿਲਾਂ ਮਹਿਤੇ ਪਿੰਡ ਵਿੱਚ ਇੱਕ ਸੁਖਵਿੰਦਰ ਸਿੰਘ ਅਗਨੀਵੀਰ 23-24 ਸਾਲ ਦਾ ਇੱਕ ਨੌਜਵਾਨ ਫੌਜੀ ਮਾਰਿਆ ਗਿਆ। ਉਹ ਕੌਣ ਸੀਗਾ? ਉਹ ਆਪਣਾ ਪੰਜਾਬ ਦਾ ਸੀਗਾ। ਅੱਜ ਮੈਂ ਸੇਵਾ ਸਿੰਘ ਠੀਕਰੀਵਾਲ ਦੇ ਪਿੰਡ ਗਿਆ, ਚਲੋ ਉਹ ਤਾਂ ਇੱਕ ਬਹੁਤ ਮਹਾਨ ਬਹਾਦਰ ਹੋ ਗਏ, ਇੱਕ ਪ੍ਰਜਾ ਮੰਡਲ ਦੇ ਕਾਰਜਕਰਤਾ ਬਾਨੀ ਔਰ ਰਜਵਾੜਾ ਸ਼ਹਿਰ ਦੇ ਖਿਲਾਫ਼ ਲੜੇ, ਸ਼ਾਇਦ ਉਹ ਜਿਹੜਾ ਮੈਮੋਰੀਅਲ ਬਣਿਆ ਠੀਕਰੀਵਾਲ ਸੀ ਜਿਹੜੇ ਫੌਜੀਆਂ ਦਾ, ਠੀਕਰੀਵਾਲ ਵਿੱਚ 3 ਫੌਜੀਆਂ ਦੇ ਤੁਸੀਂ ਦੇਖੇ ਲੱਗੇ ਹੋਏ ਨੇ, 2 ਕਾਰਗਿਲ ਦੇ ਸ਼ਹੀਦ ਔਰ 1 ਸ਼ਾਇਦ 1965 ਦੀ ਜੰਗ ਦਾ ਸ਼ਹੀਦ। ਥਾਂ ਥਾਂ ਤੇ ਹਰ ਦੂਸਰੇ ਤੀਸਰੇ ਚੌਥੀ ਪਿੰਡ ਵਿੱਚ ਕੋਈ ਨਾ ਕੋਈ ਕਿਸੇ ਨੇ ਦੇਸ਼ ਦੀ ਹਿਫਾਜ਼ਤ ਕਰਦੇ ਹੋਇਆ ਬਾਰਡਰਾਂ ਤੇ ਜਾਨਾਂ ਗਵਾਈਆਂ। ਪਰ ਜਦੋਂ ਆਪਾਂ ਕੋਈ ਚੀਜ਼ ਮੰਗਣ ਜਾਂਦੇ ਹਾਂ ਪੰਜਾਬ ਦੇ, ਤਾਂ ਸਾਡੇ ਤੇ ਕਈ ਤਰ੍ਹਾਂ ਦੇ ਤੰਸ ਕੱਸੇ ਜਾਂਦੇ ਨੇ, ਕਈ ਤਰ੍ਹਾਂ ਦੇ ਮੁਹਾਵਰੇ ਜੋੜੇ ਜਾਂਦੇ ਨੇ, ਸਾਨੂੰ ਇੱਕ ਕਿਸਮ ਦਾ ਦੇਸ਼ ਵਿਰੋਧੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਜਿਹੜੀ ਕਿ ਬਹੁਤ ਗਲਤ ਗੱਲ ਹੈ। ਕਿਸਾਨ ਪਿਛਲੇ 3 ਸਾਲ ਪਹਿਲਾਂ ਜਦੋਂ ਦਿੱਲੀ ਵਿੱਚ ਅੰਦੋਲਨ 'ਚ ਬੈਠੇ, 1.25 ਸਾਲ ਬੈਠੇ ਨੇ ਔਰ ਲੱਖਾਂ ਦੀ ਤਾਦਾਦ ਵਿੱਚ ਬੈਠੇ ਸੀਗੇ, ਕਿਸੇ ਦੀ ਚੀਚੀ ਨੂੰ ਵੀ ਝਲੀਟ ਨਹੀਂ ਆਉਣ ਦਿੱਤੀ ਉਹਨਾਂ ਨੇ। ਇੰਨਾ ਸ਼ਾਰਪ ਨੇ ਅੰਦੋਲਨ ਤਾਂ ਕਦੇ ਕਿਸੇ ਨੇ ਦੇਖਿਆ ਨੀਗਾ। ਤੇ ਐਤਕੀ ਸਾਨੂੰ ਹਰਿਆਣਾ ਪੁਲਿਸ ਨੇ ਜੋ ਤਸ਼ੱਦਦ ਕੀਤਾ, ਸਾਡੇ ਕਿਸਾਨਾਂ ਨੂੰ ਕੁੱਟਿਆ, ਖੇਤ ਮਜ਼ਦੂਰਾਂ ਨੂੰ ਮਾਰਿਆ, ਟੰਡੇ ਮਾਰ ਕੇ ਟਰੈਕਟਰ ਭਰ ਦਿੱਤੇ, ਸਾਡੇ ਝੰਡੇ ਕਿਸਾਨੀ ਨਿਸ਼ਾਨ ਸਾਹਿਬ ਦੇ ਕਿਸਾਨੀ ਝੰਡੇ ਪੈਰਾਂ ਥੱਲੇ ਰਗੜੇ, ਸ਼ੁਭ ਕਰਨ ਕਿਸਾਨ ਨੂੰ ਗੋਲੀ ਮਾਰ ਕੇ ਮਾਰਤਾ, ਅਖਨੌੜੀ ਦੇ ਵਿੱਚ ਇੱਕ ਨੌਜਵਾਨ ਨੂੰ ਗੋਲੀ 'ਚ ਪਾ ਕੇ ਚੱਕ ਕੇ ਉਹਦੀਆਂ ਹੱਡੀਆਂ ਪਸਮੀਆਂ ਲੱਤਾਂ ਬਾਹਾਂ ਅਜਵਾੜਾ ਵਗੈਰਾ ਸਾਰਾ ਤੋੜਿਆ। ਮੈਂ ਉਹਦੇ ਪਿੰਡ ਨਵਾਂਗੜ੍ਹ ਜਾ ਕੇ ਆਇਆ, ਕਹਿੰਦਾ ਖੈਰਾ ਸਾਹਿਬ ਮੈਂ 4 ਮਹੀਨੇ ਹੋ ਗਏ ਨੇ ਪਾਸਾ ਲੈ ਕੇ ਦੇਖਿਆ। ਸੋ ਸਾਡੀ ਦੇਸ਼ ਦੀ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਇਹਨਾਂ ਦਾ ਵੀ ਅਧਿਕਾਰ ਹੈ ਪੰਜਾਬ ਵਾਲਿਆਂ ਦਾ। ਮੰਗਦੇ ਕੀ ਨੇ? MSP ਮੰਗਦੇ ਨੇ। ਮੰਗਦੇ ਕਿਹਦੇ ਲਈ ਹੈ? ਸਾਰੇ ਦੇਸ਼ ਲਈ ਮੰਗਦੇ ਨੇ, ਆਪਣੇ ਲਈ ਮੰਗਦੇ। ਕੀ ਮੰਗਦੇ ਨੇ? ਕਿ ਸਾਡੇ ਕਰਜ਼ਿਆਂ ਤੇ ਨਜ਼ਰਸਾਨੀ ਕਰੋ। ਮੋਦੀ ਸਾਹਿਬ ਦੀ ਸਰਕਾਰ ਨੇ ਪਿਛਲੇ 10 ਸਾਲ ਵਿੱਚ 15 ਲੱਖ ਕਰੋੜ ਰੁਪਿਆ ਮਾਫ ਕੀਤਾ ਮੇਰੇ ਵੀਰੋ, ਤੇ ਪਾਰਲੀਮੈਂਟ ਦੇ ਤੱਥ ਬੋਲ ਰਿਹਾ ਮੈਂ, ਔਰ ਚੰਦ ਤੇ ਵੱਡੀਆਂ ਕੰਪਨੀਆਂ ਦੇ, ਕਿਸੇ ਛੋਟੇ ਵਪਾਰੀ ਦਾ, ਕਿਸੇ ਦੁਕਾਨਦਾਰ ਦਾ, ਕਿਸੇ ਛੋਟੇ ਕਿਸਾਨ ਦਾ, ਕਿਸੇ ਬੇਸਲੀਮੇ ਦਾ ਕੋਈ ਕਰਜ਼ਾ ਨਹੀਂ ਮਾਫ ਕੀਤਾ। ਔਰ ਪੰਜਾਬ ਦਾ ਕੁੱਲ ਕਰਜ਼ਾ ਜਿਹੜਾ ਪੇਂਡੂ ਕਰਜ਼ਾ ਹੈ ਉਹ 1 ਲੱਖ ਕਰੋੜ ਰੁਪਿਆ, 15 ਗੁਣਾ ਘੱਟ, ਪਰ ਹੈ 12-13-14 ਲੱਖ ਪਰਿਵਾਰ ਦਾ। ਇੱਕ ਪਾਸੇ ਚੰਦ ਸੈਂਕੜੇ ਕੰਪਨੀਆਂ, ਇੱਕ ਪਾਸੇ 12-13 ਲੱਖ ਪਰਿਵਾਰ ਪੀੜਿਤ ਹੈ, ਪਰ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ। ਇਸ ਲਈ ਮੈਂ ਕਹਿਣਾ ਚਾਹੁੰਦਾ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਵਕੀਲ ਚੰਗਾ ਭੇਜੋ ਆਪਣਾ, ਜਿਹੜਾ ਤੁਹਾਡੇ ਸਾਰਿਆਂ ਦੀ ਗੱਲ ਕਰੇ, ਜਿਹੜਾ ਸਾਰੇ ਪੰਜਾਬ ਦਾ ਮੁੱਦਾ ਚੱਕੇ। ਅੱਜ ਸੰਗਰੂਰ ਦੇ ਵਿੱਚ ਕੈਂਸਰ ਬਹੁਤ ਜ਼ਿਆਦਾ ਵਾ, ਸਾਡੇ ਦਰਿਆਈ ਪਾਣੀ ਸਾਰੇ ਇੰਡਸਟਰੀਅਲ ਜਿਹੜਾ ਪੋਇਜ਼ਨ ਹੋਇਆ ਨੀਚੇ, ਜੋ ਅਨਟ੍ਰੀਟਡ ਜਿਹੜਾ ਬਿਨਾਂ ਸਫਾਈ ਕੀਤੇ ਇੰਡਸਟਰੀਆਂ ਦਾ ਗੰਦ ਤੇ ਪਾਣੀ ਉਹ ਸਾਡੀ ਧਰਤੀ ਵਿੱਚ ਗਿਆ, ਸਾਡੇ ਦਰਿਆਵਾਂ ਵਿੱਚ ਗਿਆ।
ਉਹ ਸਾਰਾ ਜਾ ਜਾ ਕੇ ਨੀਚੇ ਉਸਨੇ ਗਰਾਊਂਡ ਵਾਟਰ ਨੀਚੇ ਦਾ ਪਾਣੀ ਸਾਰਾ ਉਹਨੂੰ ਇੰਨਾ ਜ਼ਹਿਰੀਲਾ ਕਰਤਾ ਕਿ ਪਿੰਡਾਂ ਦੇ ਵਿੱਚ ਹਰ 10ਵੇਂ 15ਵੇਂ 20ਵੇਂ ਪੱਚੀਵੇਂ ਘਰ ਵਿੱਚ ਕੈਂਸਰ ਹੈ। ਉੱਥੇ ਕੈਂਸਰ ਦੀ ਗੱਲ ਚੱਕਾਂਗੇ। ਸਾਡਾ ਪਾਣੀ ਦਾ ਲੈਵਲ ਨੀਚੇ, ਜ਼ਮੀਨ ਦਾ ਪਾਣੀ ਵਾਟਰ ਟੇਬਲ ਉਹ ਸਾਰਾ ਸਾਡਾ ਇਸ ਵੇਲੇ ਪੰਜਾਬ ਦਾ 14 ਲੱਖ ਉਬਲਾਂ ਨੇ ਪਾਣੀ ਝੋਨੇ ਦੀ ਖੇਤੀ, ਕਿਉਂਕਿ ਸਾਡੇ ਕੋਲ ਆਪਸ਼ਨ ਕੋਈ ਨਹੀਂ, ਸਾਡੇ ਕਿਸਾਨਾਂ ਨੂੰ ਹੋਰ ਕੋਈ ਸੋਈ ਦੀ ਫਸਲ ਹੀ ਨਹੀਂ ਦੇ ਸਕੀ ਸਰਕਾਰ। ਉੱਥੋਂ ਪਾਣੀ ਕਰਦੇ 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 ਸਾਡਾ ਪਾਣੀ ਦਾ ਟੇਬਲ ਜਿਹੜਾ ਉਹ ਅੱਜ ਸਾਰੇ ਪੰਜਾਬ ਦੇ ਵਿੱਚ ਸੰਗਰੂਰ ਰੈੱਡ ਜ਼ੋਨ ਵਿੱਚ ਹੈ। ਇਸ ਕਰਕੇ ਮੈਂ ਇਹ ਕਹੂੰਗਾ ਕਿ ਅਗਰ ਮੌਕਾ ਮਿਲਿਆ ਉੱਥੇ ਜਾਣ ਦਾ, ਮੈਂ ਤੁਹਾਡੇ ਸਭ ਦੀ ਬਿਨਾਂ ਜ਼ਾਤ ਪਾਤ, ਬਿਨਾਂ ਮਜ਼ਹਬ ਔਰ ਬਿਨਾਂ ਪਾਰਟੀਵਾਜ਼ੀ ਤੋਂ ਮੈਂ ਸਾਰੀਆਂ ਗੱਲਾਂ ਉੱਥੇ ਚੁੱਕਾਂਗਾ। ਦੂਸਰਾ, ਆਪਾਂ ਪੰਜਾਬ ਦੀ ਮੁਕਤਸਰ ਦੀ ਗੱਲ ਕਰਨੀ, ਟਾਈਮ ਨਹੀਂ ਹੈ, ਆਪਣੇ ਨਾਲ ਬੜਾ ਧੋਖਾ ਹੋਇਆ ਯਾਰ। ਇਹ ਸਰਕਾਰ ਤਾਂ ਬਣਾ ਕੇ ਲੈ ਗਏ ਬਦਲਾਓ ਦੇ ਨਾਮ ਤੇ, ਪਰ ਬਦਲਿਆ ਕੁਛ ਵੀ ਨਹੀਂ। ਆਪ ਜ਼ਰੂਰ ਬਦਲ ਗਏ ਨੇ, ਆਪ ਚੰਗੇ ਟੌਰ ਟੱਪੇ ਚ ਗੱਡੀਆਂ ਮੋਟਰਾਂ ਸਕਿਉਰਟੀ ਬੂਟਰ ਘੁੰਮਦੇ ਫਿਰਦੇ ਨੇ ਸਭ MLA ਮਿਨਿਸਟਰ ਦੂਜੇ ਤੀਜੇ, ਪਰ ਪੰਜਾਬ ਦਾ ਵਾਤਾਵਰਨ ਕੁਛ ਨਹੀਂ ਬਦਲਿਆ। ਉਹੀ ਨਸ਼ੇ ਨੇ ਪੰਜਾਬ ਦੇ ਵਿੱਚ, ਉਹੀ ਭ੍ਰਿਸ਼ਟਾਚਾਰ ਹੈ ਪੰਜਾਬ ਦੇ ਵਿੱਚ, ਉਹੀ ਬਦਮਾਸ਼ੀ ਗੁੰਡਾਗਰਦੀ ਪੁਲਿਸ ਕਰ ਰਹੀ ਹੈ, ਉਹੀ ਝੂਠੇ ਪਰਚਿਆਂ ਦਾ ਦੌਰ ਚੱਲ ਰਿਹਾ ਵਾ। ਸਾਡੇ ਆਮ ਛੋਟੇ ਦੁਕਾਨਦਾਰ ਵਪਾਰੀਆਂ ਜਾਂ ਮੀਡੀਅਮ ਜਿਹੜਾ ਸਾਡਾ ਮਿਡਲ ਸਕੇਲ ਇੰਡਸਟਰੀ, ਅੱਗੇ ਜੀ ਇੰਸਪੈਕਟਰ ਰਾਜ ਖਤਮ ਕਰ ਦਿਆਂਗੇ, ਤੁਹਾਨੂੰ ਚੈੱਕ ਹੀ ਨਹੀਂ ਕਰਿਆ ਕਰੇਗਾ, ਤੁਹਾਨੂੰ ਕੁਛ ਨਹੀਂ ਆ ਰਿਹਾ ਹੋਊਗਾ। ਮੇਰਾ ਕਿਹਾ ਕੇਜਰੀਵਾਲ ਨੇ ਪਤਾ ਨਹੀਂ ਕਿੰਨੀਆਂ ਮਿਲਣੀਆਂ ਕੀਤੀਆਂ ਵਪਾਰੀਆਂ ਨਾਲ ਪੰਜਾਬ ਦੇ ਵਿੱਚ ਪਿਛਲੇ 6-8 ਮਹੀਨੇ ਪਹਿਲਾਂ, ਤੇ ਲਾਗੂ ਕੁਛ ਵੀ ਨਹੀਂ ਕੀਤਾ। ਅੱਜ ਤੁਸੀਂ ਸ਼ਹਿਰਾਂ ਵਿੱਚ ਕਸਬਿਆਂ ਵਿੱਚ ਜਾ ਕੇ ਤੁਸੀਂ ਨਾ ਸਾਲ ਦੇਖੋ, ਰਜਿਸਟਰੀ ਕਰਾਉਣ ਜਾਂਦੇ ਆ, ਉਹ ਕਹਿੰਦੇ ਜੀ NOC ਆ ਅਸੀਂ ਨਹੀਂ ਕਰ ਸਕਦੇ, ਤੇ ਜੇ ਗਾਂਧੀ ਜੀ ਦਾ ਨੋਟ ਦਿਖਾਉਣੇ ਆ ਤੇ ਫਿਰ NOC ਉੱਡ ਜਾਂਦੀ ਹੈ। ਇਹ ਬਿਲਕੁਲ ਉਹੀ ਵਾਤਾਵਰਨ। ਔਰ ਮੇਰੇ ਵੀਰੋ, 70,000 ਕਰੋੜ ਦਾ ਕਰਜ਼ਾ ਚੜਾਇਆ ਪੰਜਾਬ ਦੇ ਵਿੱਚ ਭਗਵਾਨ ਮਾਨ ਸਰਕਾਰ ਨੇ, 70,000 ਕਰੋੜ ਦਾ ਨਵਾਂ, ਜਿਹੜਾ ਕਹਿੰਦੇ ਸੀਗੇ ਕਿ ਮਗਰਲਿਆਂ ਨੇ ਬਹੁਤ ਕਰਜ਼ੇ ਹੀ ਕਰਤੀ ਸਟੇਟ, ਪੈਨਸ਼ਨ ਤਾਂ ਮਾਫ਼ ਕੀਤੀ ਹੈ, MLA ਨੇ ਜਿਹੜੀ ਹਟਾਈ ਆ ਉਹਦਾ ਫਾਇਦਾ ਤਾਂ ਪਤਾ ਨਹੀਂ 15-20 ਕਰੋੜ ਹੋਊਗਾ ਸਾਲ ਦਾ, 700 ਕਰੋੜ ਰੁਪਏ ਪਬਲਿਸਿਟੀ ਦੇ ਲਾਤਾ। ਦੇਸ਼ ਦੇ ਸਾਰੇ ਏਅਰਪੋਰਟਾਂ ਦੇ ਉੱਤੇ ਇਲੈਕਟ੍ਰੋਨਿਕ ਬੋਰਡ ਲੱਗੇ ਹੋਏ ਨੇ, ਦੇਸ਼ ਦੇ ਵਿੱਚ ਜਾ ਕੇ ਕੋਈ ਅਖਬਾਰ ਖੋਲੋ, ਪਹਿਲੇ ਸਮੇਂ ਦੇ ਰੰਗਦਾਰ ਇਸ਼ਤਿਹਾਰ, ਪੰਜਾਬ ਨਸ਼ਾ ਮੁਕਤ ਕਰਤਾ ਕੇਜਰੀਵਾਲ ਪਰਮਾਤਮਾ ਨੇ, ਪੰਜਾਬ ਭ੍ਰਿਸ਼ਟਾਚਾਰ ਮੁਕਤ ਕਰ ਦਿੱਤਾ, ਸਾਰੇ ਦੇਸ਼ ਦੇ ਟੀਵੀਆਂ ਵਿੱਚ ਲਗਾਤਾਰ ਐਡਸ ਚੱਲ ਰਹੀਆਂ, ਸਿਨੇਮਾ ਘਰਾਂ ਦੇ ਵਿੱਚ ਐਡਸ ਚੱਲ ਰਹੀਆਂ। ਉਹ ਅੰਗਰੇਜ਼ੀ ਚ ਕਹਿੰਦੇ ਨੇ ਪੈਨੀ ਵਾਈਸ ਐਂਡ ਪਾਊਂਡ ਫੁਲਿਸ਼, ਛੋਟੇ ਖਰਚੇ ਨੂੰ ਅਕਲਮੰਦੀ ਦਿਖਾ ਕੇ ਤੁਹਾਨੂੰ ਕਿ ਅਸੀਂ ਜਿਹੜੀਆਂ ਮਲਟੀਪਲ ਪੈਨਸ਼ਨਾਂ MLA ਦੀਆਂ ਬੰਦ ਕਰਤੀਆਂ, ਉਹ ਛੋਟੀ ਜਿਹੀ ਸੇਵਿੰਗ ਸੀਗੀ, ਤੇ 700 ਕਰੋੜ ਰੁਪਏ ਦਾ ਇੱਧਰਲੇ ਪਾਸੇ ਖਜ਼ਾਨਾ ਲੁਟਾਤਾ। ਸਾਡਾ ਜਹਾਜ਼ ਕੇਜਰੀਵਾਲ ਸਾਹਿਬ ਨੇ ਐਂ ਵਰਤਿਆ ਜਿਵੇਂ ਆਪਾਂ ਕੋਈ ਲੋਕਲ ਟੈਕਸੀ ਵਰਤਦੇ ਹੁੰਦੇ, ਸਿਟੀ ਮਾਰਦੀ ਹਾਲਾ ਭਗਵਾਨ ਜਾਣਾ, ਚੱਲ ਬੈਂਗਲੋਰ, ਚੱਲ ਚੇਨਈ, ਚੱਲ ਰਾਏਪੁਰ, ਚੱਲ ਉੜੀਸਾ, ਚੱਲ ਮੁੰਬਈ, ਚੱਲ ਕੈਲਕਟਾ, ਇੰਨਾ ਪੈਸਾ ਉਡਾਇਆ ਉੱਥੇ। ਜਿਹੜੇ ਕਹਿੰਦੇ ਸੀ ਸਾਦੇ ਜਿਹੇ ਬੰਦੇ ਆ ਜੀ, ਅਸੀਂ ਤਾਂ ਰਿਕਸ਼ੇ ਵਾਲੇ ਤੇ ਤੇਰਾਂ ਤੇ ਪੈਂਚਰ ਵਾਲੇ ਨੂੰ ਅੱਗੇ ਕਰਾਂਗੇ, ਅੱਜ 7 ਮੈਂਬਰ ਬਣਾਉਣੇ ਸੀ 92 MLAs ਨੇ, ਕੌਣ ਬਣਾਏ? ਰਾਜ ਸਭਾ ਦੇ ਮੈਂਬਰਸ, ਇੱਕ ਸਭ ਤੋਂ ਅਮੀਰ ਆਦਮੀ ਜਲੰਧਰ ਦਾ, 650 ਏਕੜ ਦਾ ਲਵਲੀ ਯੂਨੀਵਰਸਿਟੀ ਦਾ ਮਾਲਕ, 25,000 ਕਰੋੜ ਦਾ ਮਾਲਕ ਹੈ ਅਸ਼ੋਕ ਮਿੱਤਲ, ਅੱਜ ਰਾਜ ਸਭਾ ਦਾ ਮੈਂਬਰ, ਆਮ ਆਦਮੀ ਪਾਰਟੀ ਨੇ ਉਹਨੂੰ ਨਿਯੁਕਤ ਕੀਤਾ, ਕਿਸੇ ਅੱਛੇ ਆਪਣੀ ਪਾਰਟੀ ਦੇ ਚੰਗੇ ਪੜ੍ਹੇ ਲਿਖੇ ਮੁੰਡੇ ਨੂੰ ਨਹੀਂ ਕੀਤਾ, ਕਿਸੇ ਵਿਦਵਾਨ ਨੂੰ, ਕਿਸੇ ਬੁੱਧੀਜੀਵੀ ਨੂੰ, ਕਿਸੇ ਐਜੂਕੇਸ਼ਨਿਸਟ ਨੂੰ, ਕਿਸੇ ਲਿਖਾਰੀ ਨੂੰ, ਤਾਂ ਕਿ ਸਾਡਾ ਰਾਜ ਸਭਾ ਵਿੱਚ ਕੇਸ ਰੱਖ ਕੇ ਜਾ ਕੇ। ਦੂਸਰਾ ਬਣਾਇਆ ਸੰਜੀਵ ਅਰੋੜਾ, ਇੱਕ ਬਹੁਤ ਵੱਡਾ ਕੋਲੋਨਾਈਜ਼ਰ, ਬਿਲਡਰ, ਲੁਧਿਆਣੇ ਦਾ ਦਿੱਲੀ ਕਾਰੋਬਾਰ ਕਰਦਾ, 2-3 ਗੈਰ ਪੰਜਾਬੀ ਬਣਾ ਤੇ,
ਅੱਛਾ ਮੀਥੇ ਕਹਿੰਦਾ ਵਾ ਖਹਿਰਾ ਤਾਂ ਬਾਹਰੋਂ ਆਇਆ ਜੀ, ਖਹਿਰਾ ਜਿਹੜਾ ਪੰਜਾਬ ਦੇ ਵਿੱਚ ਜੰਮਿਆ ਪਲਿਆ, ਖਹਿਰੇ ਜਿਸ ਤੇ 17 ਮੁਕੱਦਮੇ ਹੋਏ, ਜਿਸ ਨੇ ਸਾਰੇ ਪੰਜਾਬ ਦੇ ਲੋਕਾਂ ਦਾ ਹਰ ਜਗ੍ਹਾ ਤੇ ਪਹੁੰਚ ਕੇ ਉਹਨੇ ਦੀ ਆਵਾਜ਼ ਉਠਾਈ, ਅਸੈਂਬਲੀ ਦੇ ਅੰਦਰ ਬਾਹਰ ਜੇਲਾਂ ਕੱਟੀਆਂ, ਖਹਿਰਾ ਵਾਅਦਾ ਹੋ ਗਿਆ। ਤੇ ਰਾਘਵ ਚੱਡਾ ਤੇ ਸੰਦੀਪ ਪਾਠਕ ਪੰਜਾਬ ਦੇ ਰਾਜ ਸਭਾ ਦੇ ਮੈਂਬਰ ਬਣਾਏ ਗਏ, ਜਿਹਨਾਂ ਨੂੰ ਇੱਕ ਸ਼ਬਦ ਹਿੰਦੀ ਪੰਜਾਬੀ ਦਾ ਨਹੀਂ ਆਉਂਦਾ, ਕਿਸੇ ਨਾਲ ਕੋਈ ਉਹਨਾਂ ਦਾ ਲੈਣਾ ਦੇਣਾ ਨਹੀਂ ਪੰਜਾਬ ਦਾ, ਉਹ ਅੰਦਰਲੇ ਹੋ ਗਏ, ਖਹਿਰਾ ਬਾਹਰਲਾ ਹੋ ਗਿਆ। ਆ ਦੇਖੋ ਇਹਨਾਂ ਦੀ ਦਲੀਲ ਦੇਖ ਲਓ, ਮੇਰਾ ਮੈਂ ਤਾਂ ਕਦੀ ਜ਼ਿਕਰ ਨਹੀਂ ਕੀਤਾ, ਮੀਰ ਖੇਰ ਦੀ ਘਰ ਵਾਲੀ ਯੂਪੀ ਤੋਂ ਲੈ ਕੇ ਆਇਆ, ਮੇਰੀ ਨੂੰਹ ਦਾ ਸੰਗਰੂਰ ਦੀ ਪਾਪਰ ਰਹਿਣ ਵਾਲੀ ਹੈ। ਮੇਰੀ ਨੂੰਹ ਸੰਗਰੂਰ ਦੇ ਲਾਲ ਕੁੱਠੀ ਵਾਲੇ ਰੰਧਾਵੇ ਵੱਜਦੇ ਨੇ, ਉੱਥੋਂ ਦੀ ਰਹਿਣ ਵਾਲੀ, ਮੈਂ ਕਦੀ ਜ਼ਿਕਰ ਨਹੀਂ ਕੀਤਾ ਸੀਗਾ। ਨਾਲੇ ਪੰਜਾਬ ਇੱਕ ਛੋਟਾ ਜਿਹਾ ਸਟੇਟ ਹੈ, ਔਰ ਇਹਨਾਂ ਦਾ ਆਪਣੇ ਉਮੀਦਵਾਰ ਮਤਲਬ ਆਪਣਾ ਕਰਮਜੀਤ ਅਨਮੋਲ ਹੈ, ਉਹ ਤਾਂ ਗੰਡਵਾ ਪਿੰਡ ਦਾ ਦਿਲਵੇ ਦਾ ਰਹਿਣ ਵਾਲਾ ਸੰਗਰੂਰ ਦਾ ਲੜ ਰਿਹਾ, ਉਹ ਫਰੀਦਕੋਟ ਤੋਂ ਆ ਤੇ ਰਹਿਣ ਵਾਲਾ ਪੀ ਆਰ ਹੈਗਾ ਕੈਨੇਡਾ ਤੋਂ। ਇਸ ਕਰਕੇ ਬੇਤੁਕੀ ਵਾਲੀ ਗੱਲ, ਕੱਲ ਮੁੱਦਿਆਂ ਤੇ ਆਧਾਰਿਤ ਹੋਣੀ ਚਾਹੀਦੀ ਹੈ ਕਿ ਸਾਡੇ ਪੰਜਾਬ ਦੇ ਇਸ਼ੂਸ ਕੀ ਆ, ਸਾਡੇ ਸਾਰੇ ਵਪਾਰੀਆਂ ਦੇ ਇਸ਼ੂਸ ਕੀ ਆ, ਕਿਸਾਨਾਂ ਦੇ ਇਸ਼ੂਸ ਕੀ ਆ, ਉਹ ਇਸ਼ੂਸ ਤੇ ਗੱਲ ਨਹੀਂ ਕਰਦੇ, ਆਹ ਨੁਟੰਕੀਆਂ ਕਰਕੇ ਚੁਟਕਲੇ ਸੁਣਾ ਤੇ। ਅੱਛਾ ਮੈਨੂੰ ਦੱਸੋ, ਕੋਈ ਕਦੀ ਮੁੱਖ ਮੰਤਰੀ ਦੇਖਿਆ ਪੰਜਾਬ ਦਾ ਜਿਹੜਾ ਕਿਕਲੀਆਂ ਸੁਣਾਉਂਦਾ ਹੋਵੇ? ਥੋੜੀ ਪਰਸਨਲ ਗੱਲ ਹੈ ਪਰ ਸੁਣੀ, ਕਿਉਂਕਿ ਇਹਦੀ ਬੇਟੀ ਨੇ ਗੱਲ ਕੀਤੀ ਹੈ। ਜਦੋਂ ਇਹਨੇ ਸ਼ਾਦੀ ਕਰਵਾਉਣੀ ਸੀ, ਇਹਦੀ ਬੇਟੀ ਸੀਰਤ ਖਾਨ ਅਮਰੀਕਾ ਰਹਿੰਦੀ ਹੈ, ਉਹਨੇ ਮੋਹਰੇ ਆ ਕੇ ਪੰਜਾਬ ਦੇ ਲੋਕਾਂ ਨੂੰ ਦੁਹਾਈ ਦਿੱਤੀ ਕਿ ਲੋਕੋ ਬਚ ਜਾਓ, ਇਹ ਸਾਡਾ ਨਹੀਂ ਹੋ ਸਕਿਆ, ਤੇ ਮੇਰੀ ਮਾਂ ਨੂੰ ਦਾਰੂ ਪੀ ਕੇ ਕੁੱਟਦਾ ਸੀ, ਮੈਂ ਵਿਆਹਣ ਯੋਗ ਏਜ ਆ 25-26 ਸਾਲ ਦੀ ਇੱਕ ਜਵਾਨ ਲੜਕੀ ਆ, ਉਹਨੂੰ ਵਿਆਹਣ ਦੀ ਬਾਰੇ ਬਜਾਏ ਆਪਣੀ ਸ਼ਾਦੀ ਕਰਾ ਲਿਆ, ਮੁੰਡਾ ਉਹਦਾ ਜਵਾਨ ਆ, ਜਿਹੜਾ ਲੋਕੋ ਆਪਣੇ ਪਰਿਵਾਰ ਦਾ ਨਹੀਂ ਹੋਇਆ, ਉਹ ਆਪਾਂ ਸਮਝ ਲਿਆ ਕਿ ਸਾਡਾ ਹੋ ਗਿਆ। ਅੱਛਾ ਕਿਸੇ ਦੇ ਘਰ ਬੱਚੀ ਹੋਈ ਆ, ਮੇਰੀ ਵਧਾਈ ਆ ਉਹਨਾਂ ਨੂੰ, ਲੇਕਿਨ ਉਸ ਦੀ ਸ਼ਾਦੀ ਦੇ ਜਵਾਨ ਕੌਣ ਚੱਕੇਗਾ? ਮਾਂ ਪਿਓ ਦਾ ਕੋਈ ਫਰਜ਼ ਨਹੀਂ ਗਾ ਕਿਸੇ ਨੇ ਆਪਣੀ ਧੀ ਦੀ ਸ਼ਾਦੀ ਕਰਨੀ। ਅੱਛਾ ਅੱਗੇ ਬਰਨਾਲੇ ਤੁਹਾਡੇ ਲਾਗੇ ਆ, ਇੱਥੇ ਰੈਲੀ ਦੇ ਵਿੱਚ ਖੜੇ ਹੋ ਕੇ ਆਪਣੀ ਮਾਤਾ ਦੇ ਸਿਰ ਤੇ ਹੱਥ ਰੱਖ ਦਿੱਤਾ, ਇੱਥੇ ਕਿਸੇ ਨੇ ਕਿਹਾ ਥੋੜੋ, ਤੁਸੀਂ ਕਹਿਣਾ ਕਿਹਾ ਦਾਰੂ ਪੀਂਦਾ ਹੋਊਗਾ, ਆਪਣੇ ਘਰ ਵਿੱਚ ਪੀਂਦਾ ਵਾ, ਡਿੱਗਦਾ, ਸਾਨੂੰ ਕੀ, ਜਿੱਥੇ ਮਰਜ਼ੀ ਡਿੱਗੀ ਜਾਵੇ। ਫਿਰ ਲੋਕਾਂ ਨੂੰ ਦਿਖਾਉਣ ਵਾਸਤੇ ਮਾਂ ਦੀ ਸਿਰ ਤੇ ਉੱਤੇ ਹੱਥ ਰੱਖ ਕੇ ਕਿਹਾ ਕਿ ਮੈਂ ਅੱਜ ਆਪਣੀ ਮਾਂ ਦੀ ਸਿਰ ਤੇ 100 ਹੱਥ ਰੱਖ ਕੇ 100 ਖਾਨਾ, ਅੱਜ ਤੋਂ ਬਾਅਦ ਮੈਂ ਦਾਰੂ ਪੀਆ, ਤੀਜੇ ਦਿਨ ਨਾਲ ਡਿੱਗਿਆ, ਚੌਥੇ ਦਿਨ ਇੱਥੇ ਡਿੱਗਿਆ ਸੀ, ਪੰਜਵੇਂ ਦਿਨ ਉੱਥੇ ਲੁੱਟ ਖੋਟ ਹੋਇਆ ਸੀਗਾ। ਆਹ ਸਾਡਾ ਚੀਫ ਮਿਨਿਸਟਰ ਹੈ ਮੇਰੇ ਵੀਰੋ। ਆ ਕਰਕੇ ਮੈਂ ਤੁਹਾਨੂੰ ਕਹਿਣਾ, ਵਕੀਲ ਅੱਛਾ ਚੁਣਿਆ ਕਰੋ, ਅੱਗੇ ਅਸੈਂਬਲੀ ਚੀਫ ਮੈਂ 117 ਦੇ ਵਿੱਚ ਤੁਹਾਨੂੰ ਗਵਾਹੀ ਦਿੰਦਾ ਵਾ, 117 ਮੈਂਬਰ ਉੱਥੇ ਤੁਸੀਂ ਭੇਜ ਦਿਓ, 100 ਬੰਦਾ ਸੁੱਚੇ ਮੂੰਹ ਮੁੜ ਕੇ ਆਉਂਦਾ, 5 ਸਾਲ ਤੋਂ ਬੋਲਦਾ ਰਹੇਗਾ ਬਿਲਕੁਲ ਵੀ, ਸਿਰਫ 10-15 ਬੰਦੇ ਐਕਟਿਵ ਨੇ ਜਿਹੜੇ ਪੜ੍ਹਦੇ ਨੇ, ਲਿਖਦੇ ਨੇ, ਰਿਸਰਚ ਕਰਦੇ ਨੇ, ਬੋਲਦੇ ਨੇ, ਤੇ ਉਹ ਤਾਂ ਹਾਊਸ ਪਾਰਲੀਮੈਂਟ ਹੈਗੀ ਹੈ 543 ਦਾ ਹਾਊਸ, 5 ਗੁਣਾ ਵੱਡਾ ਹਾਊਸ ਹੈ। ਅੱਛਾ ਜੇ ਕਿਤੇ ਬੀਜੇਪੀ ਬਣ ਗਈ ਪਰਲੇ ਪਾਸੇ ਈਡੀ ਮੋਦੀ ਦੇ ਨਾਲ ਪਿੱਛੇ, ਮਗਰਲੇ ਬੈਂਚ ਦੇ ਈਡੀ ਤੇ ਸੀਬੀਆਈ ਬੈਠਿਆ ਕਰੂਗੀ, ਜਿਹੜਾ ਬੋਲਿਆ ਕਰੂਗਾ ਚੱਕਟਾ ਆ ਕਰਕੇ, ਉੱਥੇ ਲੱਤਾਂ ਦੇ ਵਿੱਚ ਜਾਣ ਚਾਹੀਦੀ ਹੋਣੀ ਉਹ ਬੋਲਣ ਵਾਸਤੇ। ਮੈਂ ਮੀਤ ਨੂੰ ਪੁੱਛਾਂ, ਤੇਰੀ ਲੱਤਾਂ 'ਚ ਜਾਣ ਹੈ? ਜੇ ਸੀਬੀ ਦਿਖਾ ਦੀ ਤੈਨੂੰ ਈਡੀ ਤੇ ਸੀਬੀਆਈ ਸਾਹਮਣੇ ਬਿਠਾ ਦਈਏ, ਤੇਰੀ ਲੱਤਾਂ ਜਾਣ ਭਾਰ ਚੱਲ ਲੈਣਗੀਆਂ, ਬੋਲੇਗਾ ਉੱਥੇ ਜਾ ਕੇ, ਕਿਉਂਕਿ ਪੰਜਾਬ ਤਾਂ ਕਦੀ ਬੋਲੇ ਨਹੀਂ ਗਏ। ਸਾਡੇ ਵੱਲੋਂ ਭਾਵਾਂ ਸਿੱਧੂ ਮੂਸੇਵਾਲਾ ਮਰਜੇ, ਸਾਡੇ ਵੱਲੋਂ ਭਾਵਾਂ ਕਿਸਾਨ ਕੁੱਤੇ ਜਾਣ, ਸਾਡੇ ਵੱਲੋਂ ਭਾਵਾਂ ਕੁਛ ਹੋਈ ਜਾਏ ਪੰਜਾਬ 'ਚ, ਆਪਾਂ ਤਾਂ ਬੋਲਣਾ ਨਹੀਂ, ਆਪਾਂ ਸਰਕਾਰੀ ਗੱਡੀ ਚੜ੍ਹ ਕੇ
ਤੇ ਆਪਾਂ ਮਾੜਾ ਮੋਟਾ ਝੂਟਾ ਲੈਣਾ ਚੰਡੀਗੜ੍ਹ ਜਾਣਾ ਵਾਪਸ। ਮੈਨੂੰ ਉਮੀਦ ਹੈ ਕੋਈ ਪੰਜ ਕੰਮ ਗਿਣਾ ਦੇ, ਪਰਾਲੇ ਜ਼ਿਲ੍ਹੇ ਦੇ ਗਿਣਾ ਦੇ, ਚਲੋ ਅਸੈਂਬਲੀ ਦੇ ਗਿਣਾ ਦੇ ਪੰਜ ਕੰਮ। ਆਹ ਤਿੰਨ ਚਾਰ ਦਿਨ ਤੁਰਨ ਗਿਆ ਆਪਣੇ ਪਿੰਡ ਵਿੱਚ, ਦੋ ਨੌਜਵਾਨਾਂ ਦੀ ਓਵਰਡੋਜ਼ ਨਾਲ ਮੌਤ ਹੋਈ। ਮਿਨਿਸਟਰ ਦੇ ਪਿੰਡ ਵਿੱਚ ਨਸ਼ੇ ਦੇ ਓਵਰਡੋਜ਼ ਨਾਲ ਦੋ ਛੋਟੇ ਨੌਜਵਾਨ ਮਰ ਗਏ 17-18 ਸਾਲ ਦੇ। ਜੇ ਮੰਤਰੀ ਦੇ ਪਿੰਡ ਵਿੱਚ ਨਸ਼ਾ ਨਹੀਂ ਖਤਮ ਹੋਇਆ ਤੇ ਪੰਜਾਬ ਠੀਕ ਨਹੀਂ ਹੋਵੇਗਾ। ਸਮਾਂ ਇਜਾਜ਼ਤ ਨਹੀਂ ਦਿੰਦਾ, ਮੈਂ ਤੁਹਾਡਾ ਦੂਰੋਂ ਦੇਖ ਰਿਹਾ ਸਾਰਾ ਬਾਜ਼ਾਰ, ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਮੈਂ ਤੁਹਾਨੂੰ ਸਿਰਫ ਇਹ ਕਹੂੰਗਾ ਕਿ ਮੈਂ ਸਾਰੀ ਜ਼ਿੰਦਗੀ ਇਮਾਨਦਾਰੀ ਨਾਲ ਕੰਮ ਕੀਤਾ ਵਾ ਔਰ ਮੈਂ ਪਾਰਟੀ ਬਾਜ਼ੀ ਤੋਂ ਉੱਤੇ ਉੱਠ ਕੇ ਕੰਮ ਕੀਤਾ, ਮਜ਼ਹਬ ਤੇ ਜ਼ਾਤ ਪਾਤ ਤੋਂ ਉੱਤੇ ਉੱਠ ਕੇ ਕੰਮ ਕੀਤਾ ਕਿਉਂਕਿ ਮੇਰੇ ਸੰਸਕਾਰ ਇਹ ਨੇ, ਔਰ ਜ਼ਿਆਦਾ ਤੌਰ ਤੇ ਗਰੀਬ ਤਬਕੇ ਲਈ ਕੰਮ ਕੀਤਾ। ਮੈਂ ਤੁਹਾਨੂੰ ਯਕੀਨ ਦਵਾਂ ਕਿ ਜਿਹੜੀ ਸੂਬੇ ਨੂੰ ਪਾਰਲੀਮੈਂਟ ਭੇਜੋਗੇ ਮੇਰਾ ਚੋਣ ਨਿਸ਼ਾਨ ਹੱਥ ਪੰਜਾ ਹੈ, ਤੀਸਰੇ ਬਟਨ ਦੇ ਉੱਤੇ ਮਸ਼ੀਨ ਦੇ ਤੀਸਰੇ ਨਿਸ਼ਾਨ ਤੇ ਮੇਰਾ ਨਾਮ ਹੈ, ਤੁਸੀਂ ਮੈਨੂੰ ਵੋਟਾਂ ਪਾਓਗੇ, ਮੈਂ ਤੁਹਾਡਾ ਭਰੋਸਾ ਨਹੀਂ ਤੋੜੂੰਗਾ। ਬਸ ਇਨ ਸ਼ਾਰਟ ਇਹਦੇ ਵਿੱਚ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।